ਯਾ ਦੋਸਤੋ ਇਸੇ ਕਰਕੇ ਅਸੀਂ ਕਿੰਨੇ ਵੀ ਸਾਰੇ ਜਾਣੇ ਆਪਾਂ ਥੋੜਾ ਥੋੜਾ ਵੀ ਸਿੱਖਦੇ ਚੱਲੀ ਰਹਾਂ ਕਿ ਆਪਾਂ ਮੌਕਾ ਸਾਂਭ ਸਕੀਏ ਇੱਕ ਅੱਛਾ ਲੀਡਰ ਉਹੀ ਹੁੰਦਾ ਜਿਹੜਾ ਮੌਕੇ ਤੇ ਕੰਮ ਨੂੰ ਸੈਟਲ ਕਰ ਲੇ ਹੈਂਡਲ ਕਰ ਲੇ ਹਾਂਜੀ ਤਾਂ ਆਪਾਂ ਮੀਟਿੰਗ ਦੀ ਸ਼ੁਰੂਆਤ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਨਾਮ ਮੇਰਾ ਗੌਰਵ ਸ਼ਾਹੀ ਬਾਗੇਪੁਰਾਣੇ ਤੋਂ ਰਹਿਣ ਵਾਲਿਆ ਜੀ ਔਰ ਥੈਂਕਸ ਕਰਦੇ ਹਾਂ ਉਸ ਪਰਮਪਿਤਾ ਪਰਮਾਤਮਾ ਦਾ ਜਿਦੀ ਬਦੌਲਤ ਦੋਸਤੋ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਜੂਮ ਸੈਸ਼ਨ ਦੇ ਵਿੱਚ ਔਰ ਥੈਂਕਸ ਕਰਦਾ ਮੈਂ ਕੰਪਨੀ ਪ੍ਰੋਮੋਟਰ ਨਿਰਮਲ ਸਰ ਸਰਦਾਰ ਸੁਖਦੀਪ ਸਰ ਜੀ ਦਾ ਜੋ ਕਿ ਆਪਾਂ ਨੂੰ ਸਮੇਂ-ਸਮੇਂ ਤੇ ਮੀਟਿੰਗਾਂ ਟ੍ਰੇਨਿੰਗਾਂ ਓਪਨ ਮੀਟਿੰਗਾਂ ਜੂਮ ਮੀਟਿੰਗਾਂ ਦੇ ਵਿੱਚ ਬੜੀ ਹੀ ਜ਼ਬਰਦਸਤ ਨੌਲੇਜ ਦੇ ਕੇ ਜਾਂਦੇ ਆ ਦੋਸਤੋ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਕੰਪਨੀ ਦੇ ਐਮ ਡੀ ਸਰ ਜਿਹੜੇ ਕੀ ਜਗਮੀਤ ਸਿੰਘ ਸੇਖੋ ਖਾਲਸਾ ਜੀ ਦਾ ਜਿਨ੍ਹਾਂ ਨੇ ਕੀ ਇੰਨਾ ਸੋਹਣਾ ਬ੍ਰਾਈਟ ਰੇਨ ਦਾ ਪਲੇਟਫਾਰਮ ਤਿਆਰ ਕਰਤਾ ਜਿੱਥੇ ਕੀ ਆਪਾਂ ਹਰੇਕ ਅਮੀਰ ਗਰੀਬ ਘੱਟ ਪੜਿਆ ਲਿਖਿਆ ਹਰੇਕ ਤਰ੍ਹਾਂ ਦਾ ਪਰਸਨ ਆਪਣੇ ਸੁਪਨੇ ਸਕਾਰ ਕਰ ਸਕਦਾ ਹੈ ਦੋਸਤੋ ਔਰ ਮੈਂ ਥੈਂਕਸ ਕਰਦਾ ਆਪਣੀ ਪਿਆਰੀ ਗਰੋ ਲਾਈਨ ਦਾ ਔਰ ਆਪਣੀ ਅਪ ਲਾਈਨ ਦਾ ਰਾਜਵਿੰਦਰ ਸੰਘਾ ਸਰ ਜੀ ਦਾ ਔਰ ਡਾਕਟਰ ਕੁਲਵਿੰਦਰ ਜੀ ਦਾ ਜਿਨ੍ਹਾਂ ਨੇ ਕੀ ਸਾਨੂੰ ਇਹ ਸਿਸਟਮ ਦੇ ਵਿੱਚ ਸਾਡੇ ਉਹ ਗੁਰੂ ਹੈ ਪਿਤਾ ਸਮਾਨ ਹੈ ਜਿਨ੍ਹਾਂ ਨੇ ਕੀ ਸਾਨੂੰ ਇੱਕ ਬੱਚੇ ਨੂੰ ਜਿਵੇਂ ਆਪਾਂ ਬਾਹ ਫੜ ਕੇ ਉਂਗਲੀ ਫੜ ਕੇ ਤੋਰਨਾ ਸਿਖਾਉਣਾ ਉਸ ਤਰ੍ਹਾਂ ਸਾਨੂੰ ਸਿਸਟਮ ਦੇ ਵਿੱਚ ਤੋਰਿਆ ਔਰ ਪ੍ਰੋਪਰ ਤੋਰ ਵੀ ਰਹੇ ਆ ਉਹਨਾਂ ਦੀ ਛਤਰ ਛਾਇਆ ਹੈ ਅੱਜ ਤੁਹਾਡੇ ਵੀਰ ਨੇ ਪਹਿਲਾਂ 1 ਸਟਾਰ ਅਚੀਵ ਕੀਤਾ, ਸਿਲਵਰ ਕੀਤਾ, 골ਡ ਕੀਤਾ ਔਰ ਪਤਾ ਨਹੀਂ ਲੱਗਿਆ ਪਰਮਾਤਮਾ ਦੀ ਮਿਹਰ ਨਾਲ ਕਿ ਡਾਇਰੈਕਟਰ ਲੈਵਲ ਹੋਇਆ ਤਾਂ ਇਹ ਸਾਰਾ ਕੁਝ ਇਹ ਸਾਰਾ ਹੀ ਸੇਰਾ ਜਿਹੜਾ ਮੇਰਾ ਗਰੋ ਲਾਈਨ ਨੂੰ ਜਾਂਦਾ ਔਰ ਅਪਲਾਈਨ ਦਾ ਤਾਂ ਦੋਸਤੋ ਇਸੇ ਤਰ੍ਹਾਂ ਆਪਦਾ ਪਰਮਾਤਮਾ ਮੈਂ ਕਹਿੰਦਾ ਵੀ ਭੈਣ ਭਰਾਵਾਂ ਦਾ ਪਿਆਰ ਬਣਿਆ ਰਵੇ ਦੋਸਤੋ ਜਿਹੜਾ ਬਿਜ਼ਨਸ ਹੈ ਬਿਜ਼ਨਸ ਤਾਂ ਬਾਅਦ ਦੀ ਗੱਲ ਹੈ ਪਹਿਲਾਂ ਤੁਹਾਡਾ ਪਿਆਰ ਤੁਹਾਡੀ ਬੋਲੀ ਥੋੜਾ ਰਹਿਣ ਸਹਿਣ ਦਾ ਤਰੀਕਾ ਥੋੜਾ ਵਰਤਨ ਦਾ ਤਰੀਕਾ ਇੱਕ ਅੱਛਾ ਹੋਣਾ ਚਾਹੀਦਾ ਹੈ ਕਿਉਂਕਿ ਜੇ ਤੁਹਾਡਾ ਤਰੀਕਾ ਵਧੀਆ ਹਨ ਦੋਸਤੋ ਤਾਂ ਲੋਕ ਤੁਹਾਡੇ ਨਾਲ ਖੁਦ ਜੁੜਨਗੇ ਤੁਹਾਨੂੰ ਖੁਦ ਚਾਉਣਗੇ ਤੁਹਾਡੀ ਬੋਲੀ ਇੱਕ ਤੁਹਾਡਾ ਸੁਭਾਅ ਅੱਛਾ ਹੋਣਾ ਚਾਹੀਦਾ ਹੈ ਤਾਂ ਹੁਣ ਆਪਾਂ ਮੀਟਿੰਗ ਦੀ ਸ਼ੁਰੂਆਤ ਕਰਦੇ ਹਾਂ ਇੱਕ ਸ਼ੇਅਰ ਤੋਂ ਪਹਿਲਾਂ ਕਹਿੰਦੇ ਕਿਸੇ ਵੀ ਲਕਸ਼ੇ ਕੋ ਪਾਣੇ ਕੇ ਲਈ ਮਿਹਨਤ ਇਤਨੀ ਕਰੋ ਇਤਨੀ ਕਰੋ ਕਿ ਕਿਸਮਤ ਵੀ ਕਵੇ ਲੈ ਲਾ ਬੇਟਾ ਇਸ ਤੇ ਤੇਰਾ ਹੀ ਹੱਕ ਹੈ ਦੋਸਤੋ ਇੰਨੀ ਮਿਹਨਤ ਕਰੋ ਇੰਨੀ ਮਿਹਨਤ ਕਰੋ ਪਰ ਇੱਕ ਰਾਹ ਹੀ ਚੁਣਿਓ ਇਹ ਨਾ ਹੋਵੇ ਵੀ 6 ਮਹੀਨੇ ਬ੍ਰਾਈਟਨਿੰਗ ਕੀਤੀ 6 ਮਹੀਨਿਆਂ ਬਾਅਦ VCN ਚ ਜੁਆਇਨ ਹੋ ਗਏ ਉੱਥੇ ਵੀ ਤੁਹਾਡਾ ਕੁਝ ਨਹੀਂ ਬਣਿਆ ਉਦੋਂ ਦਾ RCM ਚ ਜੁਆਇਨ ਹੋ ਗਏ ਉੱਥੇ ਵੀ ਤੁਹਾਡਾ ਕੁਝ ਨਾ ਬਣਿਆ ਇਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਬਾਲੇ ਖਸਮ ਬਣਾਉਣ ਨਾਲੋਂ ਇੱਕੋ ਹੀ ਖਸਮ ਬਣਾ ਲਓ ਇੱਕੋ ਹੀ ਕੰਪਨੀ ਦੇ ਵਿੱਚ ਦਿਲੋਂ ਵਰਕ ਕਰਨਾ ਸਟਾਰਟ ਕਰ ਦਿਓ ਤੁਸੀਂ ਤਰਜੋਗੇ ਤੁਸੀਂ ਬਣਜੋਗੇ ਜਿਵੇਂ ਕਹਿੰਦੇ ਹੁੰਦੇ ਆ ਕਿ ਅੱਜ ਫਲਾਣੇ ਬਾਬੇ ਦੇ ਅੱਜ ਫਲਾਣੇ ਪੰਡਤ ਦੇ ਦੋਸਤੋ ਜਿੱਥੇ ਮਰਜੀ ਧੱਕੇ ਖਾ ਲਓ ਇੱਕ ਦੇ ਹੋ ਜੋ ਚਾਹੇ ਤੁਸੀਂ ਪੱਥਰ ਨੂੰ ਹੀ ਪੂਜ ਲਓ ਇੱਕ ਨੂੰ ਤੁਸੀਂ 100% ਉੱਥੋਂ ਵੀ ਰੱਬ ਪਾ ਲੋਗੇ ਪਰ ਜੇ ਤੁਸੀਂ ਕਹੋਗੇ ਨਾ ਵੀ ਮੇਰਾ ਇੱਥੋਂ ਨਹੀਂ ਕੁਝ ਬਣਿਆ ਇੱਥੋਂ ਨਹੀਂ ਬਣਿਆ ਦੋਸਤੋ ਹੌਸਲਾ ਰੱਖਣਾ ਪਊਗਾ ਸਬਰ ਰੱਖਣਾ ਪਊਗਾ ਬਹੁਤ ਕੁਝ ਪਿਆ ਬ੍ਰਾਈਟ ਰੇਂਜ ਦੇ ਵਿੱਚ ਬਹੁਤ ਕੁਝ ਹੈ ਔਰ ਬਹੁਤ ਕੁਝ ਆ ਰਿਹਾ ਬਸ ਖੜੇ ਰਹੋ ਸਿਸਟਮ ਦੇ ਨਾਲ ਉਹ ਹਰ ਚੀਜ਼ ਤੁਹਾਡੇ ਹਰ ਸੁਪਨੇ ਬ੍ਰਾਈਟਨੈਸ ਸਿਸਟਮ ਨੇ ਪੂਰੇ ਕਰ ਦੇਣੇ ਆ ਕਿਉਂਕਿ ਜਿਹੜੇ ਨਵੇਂ-ਨਵੇਂ ਪਲਾਂੀਆਂ ਐਮ.ਡੀ ਸਾਹਿਬ ਕਰ ਰਹੇ ਆ ਉਹ ਕਿਹਦੇ ਲਈ ਕਰ ਰਹੇ ਆ ਆਪਣੇ ਲੋਕਾਂ ਲਈ ਉਹਨਾਂ ਦੀ ਸੋਚ ਆ ਵੀ ਆਪਾਂ ਸਾਰੇ ਭੈਣ ਭਰਾਵਾਂ ਨੇ ਇੱਥੋਂ ਕਾਮਯਾਬ ਹੋਣਾ ਪਰ ਦੋਸਤੋ ਤੁਹਾਡਾ ਜਿਹੜਾ ਸੈਲਫ ਕੌਨਫੀਡੈਂਸ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਕੌਨਫੀਡੈਂਸ ਤੁਹਾਡਾ ਕਿੱਥੇ ਹੋਣਾ ਜ਼ਰੂਰੀ ਹੈ ਕੌਨਫੀਡੈਂਸ ਤੁਹਾਡਾ ਕੰਪਨੀ ਤੇ ਪਹਿਲੀ ਗੱਲ ਤਾਂ ਹੋਣਾ ਬਹੁਤ ਜ਼ਰੂਰੀ ਹੈ ਔਰ ਦੂਜਾ ਨੰਬਰ 2 ਤੇ ਤੁਹਾਡਾ ਪ੍ਰੋਡਕਟ ਤੇ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਬੀਆਰ 26 ਤੇ BR 365 ਤੇ ਵੀ ਵਾਕਈ ਇਹ ਵਰਕ ਕਰਦਾ ਹੈ ਦੋਸਤੋ ਜੇ ਤੁਹਾਨੂੰ ਖੁਦ ਤੇ ਵਿਸ਼ਵਾਸ ਹੈ ਨਾ ਤੁਸੀਂ ਗਾਂ ਵਾਲੇ ਪਰਸਨ ਦੀ ਤਸੱਲੀ ਕਰਾਉਣ ਦੀ ਪਾਵਰ ਰੱਖੋਗੇ ਜੇ ਤੁਹਾਨੂੰ ਖੁਦ ਅੰਦਰੋਂ ਡੱਗ ਮਾਗੇ ਨਾ ਤੁਸੀਂ ਕਸਟਮਰ ਦੇ ਸਾਹਮਣੇ ਅਗਲੇ ਨੇ ਤੁਹਾਨੂੰ ਦੋ ਸਵਾਲ ਕਰਤੇ ਤੁਸੀਂ ਹੌਸਲੇ ਨਾਲ ਕਹਿ ਸਕਦੇ ਵੀਰ ਜੀ ਸਾਡੀ ਸੰਜੀਵਨੀ ਬੂਟੀ ਹੈ ਇਹਦੇ 100% ਰਿਜ਼ਲਟ ਵੀ ਹੈ ਔਰ ਇਹਦੇ ਵਿੱਚ ਬਿਜ਼ਨਸ ਵੀ ਬਹੁਤ ਅੱਛਾ ਦੋਸਤੋ ਉਥੇ ਤੁਹਾਡਾ 100% ਬਿਜ਼ਨਸ ਵੀ ਨਿਕਲੂਗਾ ਤੁਹਾਡਾ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ ਜੀ ਔਰ ਤੁਸੀਂ ਕਾਮਯਾਬ ਇਸ ਕਰਕੇ ਨਹੀਂ ਹੁੰਦੇ ਜਦੋਂ ਤੁਹਾਡਾ ਕੰਫੀਡੈਂਸ ਠੰਡਾ ਹੋ ਜਾਂਦਾ ਆਪਣੇ ਆਪ ਨੂੰ ਪਛਾਨੋ ਕੀ ਮੈਂ ਇੱਕ ਅੱਛਾ ਬਿਜ਼ਨਸ ਬੰਦ ਸਕਦਾ ਹਾਂ ਆਪਦੇ ਅੰਦਰ ਝਾਤ ਮਾਰੋ ਕੀ ਮੈਂ ਇੱਕ ਅੱਛਾ ਬਿਜ਼ਨਸਮੈਨ ਬਣ ਸਕਦਾ ਜੇ ਗੱਲ ਕਰੀਏ ਆਪਾਂ ਸਾਰੇ ਹੀ ਲੀਡਰ ਨੇ ਪਰ ਲਾਸ ਕਿੱਥੇ ਆ ਜਦੋਂ ਆਪਾਂ ਆਪਣੇ ਵਿੱਚੋਂ ਲੀਡਰ ਵਾਲੇ ਗੋਣੀ ਬਾਹਰ ਨਹੀਂ ਕੱਢਦੇ ਦੋਸਤੋ ਲੀਡਰਾਂ ਵਾਲੇ ਗੋਣ ਪਛਾਨੋ ਆਪਣੇ ਅੰਦਰ ਆਪਾਂ ਸਾਰੇ ਹੀ ਲੀਡਰਾਂ ਆ ਆਪਾਂ ਸਾਰੇ ਹੀ ਪੈਸਾ ਬਣਾਉਣ ਆਏ ਆ ਇੱਥੇ ਵਿਜੇਤਾ ਕਹਿੰਦੇ ਹੁੰਦੇ ਆ ਬਨਣਾ ਪਊਗਾ ਵਿਜੇਤਾ ਕਿਉਂਕਿ ਜੇ ਆਪਾਂ ਗੱਲ ਕਰੀਏ ਵਿਜੇਤਾ ਕੋਈ ਵੀ ਵੱਖਰਾ ਕੰਮ ਨਹੀਂ ਕਰਦੇ ਦੋਸਤੋ ਵਿਜੇਤਾ ਕੰਮ ਨੂੰ ਵੱਖਰੇ ਢੰਗ ਨਾਲ ਕਰਦੇ ਜੇ ਤੁਸੀਂ ਇੱਕ ਵਿਜੇਤਾ ਬਨਣਾ ਚਾਹੁੰਦੇ ਹੋ ਬ੍ਰਾਈਡ ਰੇਂਜ ਦੇ ਸਟਾਰ ਬਨਣਾ ਚਾਹੁੰਦੇ ਹੋ ਬ੍ਰਾਈਡ ਰੇਂਜ ਦੇ ਤਾਂ ਤੁਹਾਨੂੰ ਕੰਮ ਨੂੰ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਕਰਨਾ ਪਊਗਾ ਜੇ ਤੁਹਾਡਾ ਅਜੇ ਕੰਮ ਨਹੀਂ ਚੱਲ ਰਿਹਾ ਤੁਹਾਡਾ ਵਰਕਆਊਟ ਨਹੀਂ ਨਿਕਲ ਰਿਹਾ ਆਪਣੀ ਅਪਲਾਈਨ ਨਾਲ ਡਿਸਕਸ ਕਰੋ ਕਦੇ ਵੀ ਨਿਰਾਸ਼ ਹੋ ਕੇ ਘਰੇ ਨਾ ਬੈਠੋ ਕਿਉਂਕਿ ਕੰਮ ਤਾਂ ਚੱਲ ਹੀ ਜਾਂਦਾ ਕੰਮ ਕਦੇ ਨਹੀਂ ਰੁਕਦੇ ਹੁੰਦੇਗੇ ਇਹ ਤਾਂ ਚੱਲਦੇ ਹੀ ਰਹਨੇ ਆ ਇਸ ਕਰਕੇ ਜੇ ਤੁਹਾਡਾ ਕਈ ਵਾਰੀ ਡਾਊਨਫਾਲ ਆਉਂਦਾ ਘਬਰਾਉਣਾ ਜਿਵੇਂ ਕਹਿੰਦੇ ਨੇ ਹੁੰਦੇ ਕਿ ਇੱਕ ਆਪਾਂ ECG ਦੀ ਰਿਪੋਰਟ ਵੇਖਦੇ ਆ ਉਹ ਕਦੇ ਉੱਪਰ ਨੂੰ ਜਾਂਦੀ ਹੈ ਲਾਈਨ ਕਦੇ ਥੱਲੇ ਨੂੰ ਆਉਂਦੀ ਹੈ ਕਦੇ ਉੱਪਰ ਨੂੰ ਜਾਂਦੀ ਹੈ ਕਦੇ ਥੱਲੇ ਨੂੰ ਆਉਂਦੀ ਹੈ ਇਸ ਦਾ ਡਾਊਨਫਾਲ ਅਪ ਚੱਲਦਾ ਹੀ ਰਹਿੰਦਾ ਹੁੰਦਾ ਅਪ ਡਾਊਨ ਅਪ ਡਾਊਨ ਚੱਲਦਾ ਰਹਿਣਾ ਇਸ ਕਰਕੇ ਘਬਰਾਇਆ ਹੋਣਾ ਕਦੇ ਵੀ ਕਿਉਂਕਿ ਸਦਾ ਨਹੀਂ ਆਏ ਰਹਿੰਦਾ ਹੁੰਦਾ ਵੀ ਡਾਊਨ ਹੀ ਰਹੂਗਾ ਉਹ ਇੱਕ ਦਿਨ ਅਪ ਵੀ ਹੁੰਦਾ 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 ਇਸ ਕਰਕੇ ਦਿਲ ਨਾ ਛੱਡਿਓ ਬਸ ਖੜੇ ਹੀ ਰਹੋ ਸਿਸਟਮ ਦੇ ਵਿੱਚ ਸਿਸਟਮ ਹੈ ਹੀ ਖੜਨ ਦਾ ਨੈਟਵਰਕ ਸਿਸਟਮ ਜੇ ਗੱਲ ਕਰੀਏ ਦੋਸਤੋ ਜੇ ਆਪਾਂ ਸੋਨੇ ਦੀ ਪਿਓਰਟੀ ਲਿਉਣੀ ਹੋਵੇ ਨਾ ਉਹ ਸੁਨਿਆਰੇ ਨੂੰ ਵੀ ਇੱਕ ਸੁਨਿਆਰੇ ਨੂੰ ਨਾ ਪੱਠੀ ਦੇ ਵਿੱਚ ਉਹਨੂੰ ਤਪਾਉਣਾ ਪੈਂਦਾ ਤਪਾ ਕੇ ਨਾ ਉਹਨੂੰ ਐ ਜਿਵੇਂ ਲਾਲ ਕਰਨਾ ਪੈਂਦਾ ਕੀਰਾ ਦਾ ਜਦੋਂ ਲਾਲ ਹੋ ਜਾਂਦਾ ਉਸ ਤੋਂ ਬਾਅਦ ਦੋਸਤੋ ਫੇਰ ਉਹ ਜਾ ਕੇ ਪਿਓਰਟੀ ਆਉਂਦੀ ਉਹਦੇ ਵਿੱਚ 24 ਕੈਟ ਬਣਦਾ ਤੇ ਜੇ ਅੱਗ 'ਚ ਤਪਾਵੇ ਨਾ ਸੁਨਿਆਰਾ ਫੇਰ ਉਹ ਸੋਨਾ ਇਕੱਠਾ ਹੋ ਕੇ ਨਹੀਂ ਬਾਹਰ ਨਿਕਲਦਾ ਇਸ ਕਰਕੇ ਆਪਾਂ ਨੂੰ ਵੀ ਮਾੜੀ-ਮੋਟੀ ਗਰਮੀ ਸਰਦੀ ਸੈਣੀ ਪਾਊਗੀ ਔਕੜਾ ਮੁਸੀਬਤਾਂ ਫੇਸ ਕਰਨੀਆਂ ਪੈਣਗੀਆਂ ਤੁਹਾਨੂੰ ਕਦੇ ਵੀ ਆਏ ਨਾ ਸੋਚਿਓ ਵੀ ਆਰ ਮੈਨੂੰ ਤਾਂ ਗਰਮੀ ਆ ਗਰਮੀ 'ਚ ਮੈਂ ਤਾਂ ਨਹੀਂ ਅੱਜ ਜਾਣਾ ਕੱਲੂ ਚੱਲਾਂਗੇ ਫੀਲਡ ਦੇ ਵਿੱਚ ਦੋਸਤੋ ਜੇ ਤੁਸੀਂ ਇੱਕ ਸੋਨੇ ਦੀ ਤਰ੍ਹਾਂ 24 ਕੈਟ ਬਣਨਾ ਬ੍ਰਾਈਟ ਰੇਂਜ ਦੇ ਇੱਕ 골ਡ ਸਟਾਰ ਹੀਰੇ ਬਣ ਕੇ ਸਾਹਮਣੇ ਆਉਣਾ ਆਪਦਾ ਨਾਂ ਕਮਾਉਣਾ ਤਾਂ ਤੁਹਾਨੂੰ ਬਲਣਾ ਦਾ ਪਊਗਾ ਹੀ ਔਕੜਾ ਮੁਸੀਬਤਾਂ ਮੀਂਹ ਨੇਰੀ ਕਾਮਯਾਬ ਹੋਣ ਲਈ ਸਾਰਾ ਕੁਝ ਫੇਸ ਕਰਨਾ ਪਊਗਾ ਬਹੁਤ ਦਿੱਕਤਾਂ ਆਉਣਗੀਆਂ ਤੁਹਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈ ਸਕਦੇ ਆ ਕਈ ਵਾਰੀ ਤੁਹਾਡੀ ਬਾਈਕ ਪੈਂਚਰ ਹੋ ਜਾਊਗੀ ਤਾਂ ਤੁਹਾਨੂੰ ਫੇਰ ਵੀ ਘਬਰਾਉਣਾ ਨਹੀਂ ਬਸ ਲੱਗੇ ਰਹੋ ਕਿਉਂਕਿ ਮੈਨੂੰ ਯਾਦ ਆ ਮੈਂ ਪਰਲ ਕੰਪਨੀ ਦੇ ਵਿੱਚ ਨਾ ਇੱਕ ਵਾਰੀ ਅਸੀਂ ਪਲਾਨ ਗਏ ਕਰਨ ਗਏ ਇੱਧਰ ਆਪਣਾ ਕੋਹਲੀਏ ਪਿੰਡ ਉਧਰੋਂ ਗਰਮੀ ਦੇ ਦਿਨ ਦੋਸਤੋ ਮੇਰੀ ਬਾਈਕ ਪੈਂਚਰ ਹੋ ਗਈ ਬੜਾ ਮਨ ਨੂੰ ਪਰੇਸ਼ਾਨੀ ਹੋਈ ਪਰ ਫੇਰ ਵੀ ਦਿਲ ਨਹੀਂ ਛੱਡਿਆ ਕੋਈ ਗੱਲ ਨਹੀਂ ਕੋਸਵਾਰਟ ਅਸੀਂ ਰੋੜਿਆ ਉਧਰੋਂ ਸਾਡੇ ਮੋਢੇ ਦੇ ਵਿੱਚ ਕਿੱਟ ਪਾਈ ਹੋਈ ਤਾਂ ਕਦੇ ਵੀ ਘਬਰਾਉਣਾ ਨਹੀਂਗਾ ਤਗਾ ਜਾਂਦੇ ਨੂੰ ਸਾਡੇ ਅਕਾਊਂਟ ਵੀ ਲੱਗੇ ਸੀਗੇ 2 2000 ਵਾਲੇ ਮੰਥਲੀ ਦੋ ਇਸ ਕਰਕੇ ਦਿਲ ਨਹੀਂ ਛੱਡੀਦਾ ਹੁੰਦਾ ਕੁਝ ਨਹੀਂ ਹੁੰਦਾ ਹੁੰਦਾ ਘਬਰਾਓ ਤਾਂ ਜਮੇ ਹੀ ਨਾ ਐ ਸੋਚੋ ਵੀ ਯਾਰ ਕੋਈ ਗੱਲ ਨਹੀਂ ਔਕੜਾ ਮਸੀਤ ਆ ਵੀ ਪ੍ਰਮਾਤਮਾ ਉਹਨੂੰ ਦਿੰਦਾ ਜਿਹਦੇ ਵਿੱਚ ਫੇਸ ਕਰਨ ਦੀ ਪਾਵਰ ਹੁੰਦੀ ਹੈ ਉਹ ਵੀ ਵੇਖਦਾ ਹੁੰਦਾ ਵੀ ਇਹ ਬੰਦਾ ਇਹ ਚੀਜ਼ ਨੂੰ ਫੇਸ ਕਰ ਲੂਗਾ ਤੁਸੀਂ ਸਿਸਟਮ ਨੂੰ 3 ਸਾਲ ਦੋਸਤੋ ਦਿਲੋਂ ਦੇ ਦੋ ਤੁਸੀਂ 101% ਕਾਮਯਾਬ ਹੋਵੋਗੇ ਆਪਦੇ ਘਰਦਿਆਂ ਨੂੰ ਨਾ ਤੁਸੀਂ ਇਹ ਗੱਲ ਕਹਿ ਦਿਓ ਵੀ ਯਾਰ ਮੈਂ ਤਾਂ 3 ਸਾਲਾਂ ਵਾਸਤੇ ਇਹ ਮੰਨ ਕੇ ਚੱਲੋ ਵੀ ਫੌਰਨ ਚੱਲਿਆਂ ਠੀਕ ਹੈ ਨਾ ਫੌਰਨ ਜਾਓਗੇ ਤਾਂ ਤੁਹਾਨੂੰ ਇਹ ਮੰਨ ਕੇ ਚੱਲੋ ਘਰਦਿਆਂ ਨੂੰ ਕਹਿ ਦਿਓ ਵੀ ਤੁਸੀਂ ਇਹ ਸੋਚ ਰਹੇ ਹੋ ਵੀ ਮੈਂ ਫੌਰਨ ਚੱਲਿਆਂ ਤਾਂ ਵੇਖਿਓ ਦੋਸਤੋ ਸਿਸਟਮ ਤੁਹਾਡੀ ਉਹ ਹਰ ਇੱਕ ਜ਼ਰੂਰਤ ਪੂਰੀ ਕਰੂਗਾ ਤੁਹਾਨੂੰ ਫੌਰਨ ਵੀ ਨਹੀਂ ਜਾਣਾ ਪੈਣਾ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਹੀ ਦੋਸਤੋ ਇੰਨਾ ਕੁ ਪੈਸਾ ਕਮਾ ਲੋਗੇ ਪਰ ਤੁਹਾਨੂੰ ਇੱਕ ਆਪ ਦੇ ਅੰਦਰ ਫੀਲਿੰਗ ਲੈਣੀ ਪਊਗੀ ਘਰਦਿਆਂ ਦੇ ਅੰਦਰ ਵੀ ਫੀਲਿੰਗ ਪੈਦਾ ਕਰਨੀ ਪਊ ਵੀ ਮੈਂ ਫੌਰਨ ਵੀ ਤੁਸੀਂ ਮੇਰੇ ਤੇ ਨਹੀਂ ਰਹਿਣਾ ਜੋ ਵੀ ਘਰ ਦਾ ਕੰਮ ਹੈ ਤੁਸੀਂ ਹੈਂਡਲ ਕਰਨਾ ਵੀ ਮੈਂ ਜੇ ਨਹੀਂ ਘਰੇ ਆਇਆ ਕਰੂੰਗਾ ਇਹ ਨਹੀਂ ਪਤਾ 7 ਵਜੇ 6 ਵਜੇ ਆਵਾਂ ਫੀਲਡ ਦੇ ਵਿੱਚ ਮੈਂ ਡੇਲੀ ਨਿਕਲਣਾ ਕਿਉਂਕਿ ਕਾਮਜਾਬ ਹੋਣਾ ਦੋਸਤੋ ਬਹੁਤ ਕੁਝ ਕਰਨਾ ਪਊਗਾ ਤੁਹਾਨੂੰ ਕਦੇ ਵੀ ਕਿੰਨੇ ਹੁੰਦੇ ਕਿ ਸੋਚਿਆ ਕੁਝ ਨਹੀਂ ਬੰਦਾ ਹੁੰਦਾ ਕੁਝ ਕਰਕੇ ਵੀ ਦਿਖਾਉਣਾ ਪੈਂਦਾ ਹੁੰਦਾ ਤਾਰੇ ਵੀ ਕਹਿੰਦੇ ਫੇਰ ਹੀ ਚਮਕਦੇ ਆ ਪਹਿਲਾ ਹਨੇਰਾ ਹੁੰਦਾ ਪਹਿਲਾ ਹਨੇਰਾ ਆਉਂਦਾ ਫੇਰ ਜਾ ਕੇ ਤਾਰੇ ਚਮਕਦੇ ਆ ਇਸ ਕਰਕੇ ਕਦੇ ਵੀ ਘਬਰਾਉਣਾ ਤੁਸੀਂ ਵੀ ਸਾਰੇ ਇੱਕ ਅਸਮਾਨੀ ਤਾਰੇ ਵਾਂਗੂ ਚਮਕੋਗੇ ਇੱਕ ਦਿਨ ਤੁਹਾਡਾ ਵੀ ਅੱਛਾ ਬੈਂਕ ਬੈਲੈਂਸ ਵੀ ਹੋਊਗਾ ਤੁਹਾਡੀ ਇੱਕ ਇੰਜੋਏਮੈਂਟ ਵਾਲੀ ਵਧੀਆ ਲਾਈਫ ਵੀ ਬਣੂਗੀ ਤਾਂ ਸਾਰਾ ਕੁਝ ਹੈ ਦੋਸਤੋ ਪਰ ਤੁਹਾਨੂੰ ਕੰਫਰਟ ਜ਼ੋਨ ਦੇ ਵਿੱਚੋਂ ਬਾਹਰ ਆਉਣਾ ਪਊਗਾ ਕੰਫਰਟ ਜ਼ੋਨ ਦਾ ਮਤਲਬ ਹੈ ਜਿਹੜੀ ਤੁਸੀਂ ਲਾਈਫ ਦੇ ਵਿੱਚ ਜਿਹੜੀ ਤੁਸੀਂ ਜ਼ਿੰਦਗੀ ਦੇ ਵਿੱਚ ਅੱਜ ਜਿਉਂ ਰਹੇ ਹੋ ਉਹਦੇ ਤੋਂ ਤੁਹਾਨੂੰ हट ਕੇ ਚੱਲਣਾ ਪਊਗਾ ਇਹ ਗੱਲ ਤੁਸੀਂ ਪੱਲੇ ਬੰਨ ਲਓ ਚਾਹੇ ਅੱਜ ਸ਼ੁਰੂਆਤ ਕਰ ਲੋ ਚਾਹੇ 2 ਮਹੀਨੇ ਰੋਕ ਕੇ ਚਾਹੇ 4 ਮਹੀਨੇ ਰੋਕ ਕੇ ਕਿਉਂਕਿ ਸੀਨੀਅਰ ਦਾ ਕੰਮ ਹੈ ਕਹਿਣਾ ਦੋਸਤੋ ਜੇ ਤੁਸੀਂ ਉਹ ਗੱਲਾਂ ਤੇ ਗੌਰ ਕਰੋਗੇ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਜਿਵੇਂ ਇੱਕ ਸਕੂਲ ਦੇ ਵਿੱਚ ਟੀਚਰ ਹੈ ਨਾ ਉਹ ਪੜਾਉਂਦੀ ਆ ਉੱਥੇ ਕੁਝ ਬੱਚੇ ਪਿੱਛੇ ਬੈਠੇ ਹੁੰਦੇ ਆ ਬੈਂਚਾਂ ਤੇ ਦੋਸਤੋ ਉਹ ਚੀਜ਼ਾਂ ਤੇ ਗੌਰ ਨਹੀਂ ਕਰਦੇ ਪਰ ਦੋਸਤੋ ਜਿਹੜੇ ਮੂਹਰੇ ਬੈਠੇ ਹੁੰਦੇ ਨਾ ਫਰੰਟ ਤੇ ਉਹ ਇੱਕ ਦਿਨ ਜੱਜ ਵੀ ਬਣਦੇ ਆ ਵਕੀਲ ਵੀ ਬਣਦੇ ਆ ਡਾਕਟਰ ਵੀ ਬਣਦੇ ਆ ਤਾਂ ਇਸ ਕਰਕੇ ਤੁਹਾਨੂੰ ਗਾਈਡ ਲੈਣੀ ਪਊਗੀ ਜੇ ਤੁਹਾਨੂੰ ਸੀਨੀਅਰ ਮੀਟਿੰਗ ਦੇ ਵਿੱਚ ਆ ਕੇ ਅੱਛੀ ਨੌਲੇਜ ਦਿੰਦਾ ਹੈ ਜਿਵੇਂ ਆਪਣੇ ਬਾਗੇ ਪਰਾਨੇ ਸ਼ਨੀਵਾਰ ਦੀ ਟ੍ਰੇਨਿੰਗ ਮੀਟਿੰਗ ਰੱਖੀ ਹੈ ਜੁਆਇੰਟ ਪਰਸਨਾਂ ਦੀ ਦੋਸਤੋ ਉੱਥੇ ਆ ਕੇ ਆਪਾਂ ਨੂੰ ਇਹੋ ਜਿਹਾ ਕੁਝ ਨਿਰਮਲ ਸਰ ਜੀ ਨੇ ਇਹੋ ਜਿਹਾ ਕੁਝ ਸੁਖਦੀਪ ਸਰ ਜੀ ਨੇ ਦੇ ਜਾਣਾ ਮੈਂ ਕਹਿੰਦਾ ਵੀ ਆਪਣੇ ਬਿਜ਼ਨਸ ਦੇ ਵਿੱਚ ਇੰਨੀ ਕਿ ਤੇਜ਼ੀ ਆ ਜਾਣੀ ਹੈ ਪਰ ਉੱਥੇ ਆਪਾਂ ਆਪਦੀ ਜ਼ਿੰਮੇਵਾਰੀ ਦੇ ਨਾਲ ਪਹੁੰਚਣਾ ਹੈ ਵੀ ਆਪਾਂ ਕੋਲ ਸਿੱਖਣਾ ਹੈ ਆਪਾਂ ਸੀਨੀਅਰ ਦਾ ਫੋਨ ਨਹੀਂ ਟਿਕਣਾ ਵੀ ਸੀਨੀਅਰ ਦਾ ਫੋਨ ਆਊਗਾ ਆਪਾਂ ਫੇਰ ਜਾਣਾ ਮੀਟਿੰਗ ਤੇ ਦੋਸਤੋ ਆਪਣਾ ਫਰਜ ਆ ਆਪਾਂ ਸਿੱਖਣਾ ਆਪਏ ਸਿਸਟਮ ਦੇ ਵਿੱਚੋਂ ਕਾਮਯਾਬ ਹੋਣਾ 30 ਤਰੀਕ ਨੂੰ ਬੱਤਰਾ ਸਵੀਟ ਹਾਊਸ ਦੇ ਵਿੱਚ ਜੁਆਇਨ ਪਰਸਨਾਂ ਦੀ ਮੀਟਿੰਗ ਹੈ ਆਪਾਂ ਉੱਥੇ ਬਹੁਤ ਆਪਦੇ ਜਿਹੜੇ ਜੁਆਇਨ ਪਰਸਨ ਹੋ ਚੁੱਕੇ ਆ ਉਹਨਾਂ ਨੂੰ ਲੈ ਕੇ ਪਹੁੰਚਣਾ ਹੈਗਾ ਜਿੰਨੇ ਵੀ ਅਚੀਵਰ ਆ ਉਹਨਾਂ ਨੇ ਤਾਂ ਆਉਣਾ ਹੀ ਆਣਾ ਔਰ ਜਿਹੜੇ ਜੁਆਇਨ ਹੋ ਚੁੱਕੇ ਆਪਣੇ ਨਾਲ ਉਹਨਾਂ ਨੂੰ ਵੀ ਲੈ ਕੇ ਪਹੁੰਚਣਾ ਹੈ ਔਰ ਮੇਰੀ ਇੱਕ ਗੱਲ ਮਾਇੰਡ ਨਾ ਕਰੋ ਜੇ ਆਪਾਂ ਕੰਫਰਟ ਜ਼ੋਨ ਦੇ ਵਿੱਚ ਅੱਗੇ ਜ਼ਿੰਦਗੀ ਜਿਉਉਣੀ ਹੈ ਹੁਣ ਵੀ ਉਸੇ ਜਿਹੀ ਜਿਉਂ ਹੀ ਚੱਲਾਂਗੇ ਨਾ ਦੋਸਤੋ ਫਿਰ ਬੰਦੇ ਤੇ ਕਹਿੰਦੇ ਹੁੰਦੇ ਆ ਜਾਨਵਰ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੁੰਦਾਗਾ ਕਿਉਂਕਿ ਬੰਦਾ ਵੀ ਇੱਕ ਖਾ ਕੇ ਸੌਂ ਗਿਆ ਜਾਨਵਰ ਨੇ ਵੀ ਖਾ ਕੇ ਸੌਂ ਜਾਣਾ ਦੋਸਤੋ ਜੇ ਆਪਾਂ ਕੁਝ ਸੋਚੇ ਹੀ ਨਾ ਪਰਮਾਤਮਾ ਨੇ ਤੁਹਾਨੂੰ ਪਤਾ ਨਹੀਂ ਕਿੰਨੀਆਂ ਜੂਨਾਵਾਦ ਇੱਕ ਇਨਸਾਨੀ ਜਾਮਾ ਮਿਲਿਆ ਇਹਦਾ ਯਾਰ ਇੰਜੋਏ ਕਰੋ ਇੱਕ ਇਹ ਚੀਜ਼ ਜਮਾਂ ਸੋਚਣੀ ਬੰਦ ਕਰ ਦੋ ਵੀ ਲੋਕ ਕੀ ਕਹਿਣਗੇ ਲੋਕਾਂ ਦਾ ਕੰਮ ਹੈ ਲੱਤਾਂ ਖਿੱਚਣਾ ਜੇ ਆਪਾਂ ਕਾਮਯਾਬ ਹੋਣਾ ਤਾਂ ਆਪਾਂ ਲੋਕਾਂ ਦੀਆਂ ਗੱਲਾਂ ਤੋਂ ਪਾਸੇ हट ਕੇ ਚੱਲਣਾ ਪਊਗਾ ਲੋਕਾਂ ਦਾ ਕੰਮ ਹੈ ਲੱਤਾਂ ਖਿੱਚਣਾ ਇਹਨਾਂ ਨੇ ਨਾ ਤਾਂ ਆਪ ਕਾਮਯਾਬ ਹੋਣਾ ਤੇ ਨਾ ਹੀ ਇਹਨਾਂ ਨੇ ਕਿਸੇ ਨੂੰ ਹੋਣ ਦੇਣਾ ਕਿਉਂਕਿ ਇੱਕ ਮੈਂ ਤੁਹਾਨੂੰ ਨਿੱਕੀ ਜੀ ਸਟੋਰੀ ਸੁਣਾਉਣਾ ਇੱਕ ਫਰੂਟ ਵਾਲਾ ਸੀਗਾ ਮੰਡੀ ਦੇ ਵਿੱਚ ਉਹਨੇ ਬੋਰਡ ਲਾ ਲਿਆ ਦੋਸਤੋ ਉਹਨੇ ਬੋਰਡ ਤੇ ਲਿਖ ਲਿਆ ਵੀ ਇੱਥੇ ਵਧੀਆ ਕੁਆਲਿਟੀ ਦੇ ਸੇਬ ਮਿਲਦੇ ਆ ਉੱਥੋਂ ਇੱਕ ਬੰਦਾ ਨੰਗਿਆ ਉਹ ਕਹਿੰਦਾ ਲੈ ਕਹਿੰਦਾ ਇੱਥੇ ਵਧੀਆ ਕੁਆਲਿਟੀ ਦੇ ਸੇਵ ਵੀ ਪਤਾ ਹੀ ਐ ਸੇਵ ਹੀ ਮਿਲਦੇ ਆ ਤਾਂ ਦੋਸਤੋ ਉਹਨੇ ਕੀ ਕੀਤਾ ਉਹਨੇ ਵਧੀਆ ਵਾਲਾ ਵਿੱਚੋਂ ਸ਼ਬਦ ਚੱਕਦਾ ਔਰ ਕੁਆਲਿਟੀ ਵਾਲਾ ਉੱਥੇ ਲਿਖਦਾ ਸੇਵ ਮਿਲਦੇ ਆ ਰਹਿ ਗਿਆ ਲਿਖਿਆ ਉਥੋਂ ਫੇਰ ਇੱਕ ਬੰਦਾ ਨਿਕਲਿਆ ਉਹ ਕਹਿੰਦਾ ਲੈ ਇੱਥੇ ਲਿਖਾਈ ਫਿਰਦਾ ਸੇਵ ਮਿਲਦੇ ਆ ਵੀ ਰੇੜੀ ਤੇ ਤੇਰੀ ਤੇ ਸਿਓਬ ਆਇਆ ਸਿਓਰੀ ਮਿਲਨੇ ਔਰ ਕੱਦੂ ਮਿਲਣਗੇ ਇੱਥੇ ਤਾਂ ਦੋਸਤੋ ਯਕੀਨ ਮੰਨਿਓ ਬੰਦਾ ਇੰਨਾ ਕਿ ਲੋਕਾਂ ਦੀਆਂ ਗੱਲਾਂ ਇੰਨਾ ਕਿ ਤਾਨਿਆਂ ਤੋਂ ਪਰੇਸ਼ਾਨ ਹੁੰਦਾ ਹੋਇਆ ਨਾ ਉਹ ਉਹ ਬੋਰਡ ਤੋਂ ਵੀ ਸ਼ਬਦ ਚੱਕਦਾ ਸੇ ਵਾਲਾ ਬੋਰਡ ਤੋਂ ਸ਼ਬਦੀ ਚੱਕਦਾ ਉਹਨੇ ਸਾਫ਼ ਹੀ ਕਰਤਾ ਬੋਰਡ ਅੱਕ ਕੇ ਉਸ ਤੋਂ ਬਾਅਦ ਯਕੀਨ ਮੰਨਿਓ 15 ਮਿੰਟਾਂ ਬਾਅਦ ਇੱਕ ਹੋਰ ਪਰਸ਼ਨ ਲੰਘਿਆ ਉਹ ਕਹਿੰਦਾ ਲੈ ਕਹਿੰਦਾ ਇਹ ਜਮੇ ਪਤੰਦਰ ਬੋਰਡ ਸਾਫ਼ ਕਰਕੇ ਟੰਗੀ ਫਿਰਦਾ ਇਹਨੂੰ ਆਏ ਨਹੀਂ ਵੀ ਇਹਦੇ ਉੱਤੇ ਕੁਝ ਲਿਖਾਣਾ ਤਾਂ ਇਸ ਕਰਕੇ ਜਿਵੇਂ ਕਹਿੰਦੇ ਹੁੰਦੇ ਆ ਡਾਕਟਰ ਕੁਲਵਿੰਦਰ ਜੀ ਵੀ ਦਾਤੀ ਦੇ ਦੰਦੇ ਇੱਕ ਪਾਸੇ ਆ ਲੋਕਾਂ ਦੇ ਦੰਦੇ ਦੋਵੇਂ ਪਾਸੇ ਆ ਇਹ ਇਸ ਕਰਕੇ ਦੋਸਤੋ ਲੋਕਾਂ ਨੇ ਤਾਂ ਤੁਹਾਨੂੰ ਛੱਡਣਾ ਹੀ ਨਹੀਂਗਾ ਜਿੱਥੇ ਮਰਜ਼ੀ ਭੱਜ ਲਓ ਜੇ ਤੁਸੀਂ ਚੰਗਾ ਕਰੋਗੇ ਲੋਕਾਂ ਨੇ ਤੁਹਾਨੂੰ ਤਾਂ ਵੀ ਨਹੀਂ ਛੱਡਣਾ ਜੇ ਤੁਸੀਂ ਮਾੜਾ ਕਰੋਗੇ ਲੋਕਾਂ ਨੇ ਤੁਹਾਨੂੰ ਤਾਂ ਵੀ ਨਹੀਂ ਛੱਡਣਾਗਾ ਇਸ ਕਰਕੇ ਲੋਕਾਂ ਨੂੰ ਸਾਈਡ ਤੇ ਛੱਡ ਦਿਓ ਆਪਦਾ ਚੁੱਪਚਾਪ ਮਾਰਕੀਟ ਦੇ ਵਿੱਚ ਨਿਕਲਿਆ ਕਰੋ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿਓ ਔਰ ਕਾਮਯਾਬ ਹੋਣਾ ਆਪਾਂ ਆਪਣੇ ਪਰਿਵਾਰ ਲਈ ਔਰ ਆਪਣੇ ਪਰਿਵਾਰ ਨੂੰ ਕਿਸੇ ਨੇ ਖਾਣ ਨੂੰ ਕੁਛ ਨਹੀਂ ਦੇਣਾਗਾ ਲੋਕਾਂ ਦੀਆਂ ਗੱਲਾਂ ਨੂੰ ਐਵੇਂ ਨਾ ਲੋਕਾਂ ਮਗਰ ਲਾ ਕੇ ਆਪਦਾ ਮੌਕਾ ਕਿਤੇ ਹੱਥੋਂ ਗਵਾ ਦਿਓ ਇਸ ਕਰਕੇ ਆਪਾਂ ਸਾਰਿਆਂ ਨੇ ਕਾਮਯਾਬ ਹੋਣਾ ਆਪਾਂ ਤਾਂ ਉਹਨਾਂ ਲੋਕਾਂ ਦੇ ਮੂੰਹ ਬੰਦ ਕਰਨੇ ਜਿਹੜੇ ਤੁਹਾਨੂੰ ਕੋਲੋਲਾ ਕਰਦੇ ਆ ਟੀਚਰਾ ਕਰਦੇ ਆ ਕਿਉਂਕਿ ਦੋਸਤੋ ਮੇਰੇ ਨਾਲ ਇਹ ਚੀਜ਼ਾਂ ਹੋ ਰਹੀਆਂ ਮੈਂ ਜਦੋਂ ਨਾ ਸਿਸਟਮ ਦੇ ਵਿੱਚ ਜੁਆਇਨ ਹੋਇਆ ਸੀ بڑے ਪਰਸਨ ਮੈਨੂੰ ਟੀਚਰਾ ਕਰਦੇ ਸੀ ਜਿਵੇਂ ਜਦੋਂ ਮੈਂ ਮੇਰੀ ਸੈਲੀਬ੍ਰੇਸ਼ਨ ਸੀ ਜਦੋਂ ਮੈਂ ਟਾਈ ਲਾ ਕੇ ਨਿਕਲਿਆ ਨਾ ਘਰੋਂ ਮੇਰੇ ਚਾਚੇ ਦਾ ਮੁੰਡਾ ਕਹਿੰਦਾ ਲੈ ਕਹਿੰਦਾ ਅੱਜ ਤਾਂ ਸ਼ਾਹੀ ਸਾਹਿਬ ਚੜ੍ਹਾਈ ਹੈ ਮੈਂ ਕਿਹਾ ਆਈਆਂ ਵੀਰੇ ਤੇ ਮਤਲਬ ਕਿ ਉਹੀ ਲੋਕਾਂ ਦੇ ਵਿਊ ਬਦਲ ਜਾਣੇ ਆ ਔਰ ਪਰਸੋ ਰਾਤ ਦੀ ਗੱਲ ਹੈ ਮੈਂ ਸ਼ਹਿਰ ਕਰਨ ਨਿਕਲਿਆ ਤਾਂ ਮੇਰੇ ਚਾਚੇ ਦਾ ਮੁੰਡਾ ਮੈਨੂੰ ਵੇਖ ਕੇ ਉਹ ਵੀ ਸਕੂਟਰੀ ਤੇ ਢੇੜਾ ਮਾਰਨ ਗਿਆ ਸੀ ਬਾਜ਼ਾਰ ਉਹਨੇ ਸਕੂਟਰੀ ਉੱਥੇ ਰੋਕ ਕੇ ਉੱਥੇ ਹੀ ਖੜਾਤੀ ਉਹਨੇ ਦੇਖਿਆ ਵੀ ਇਹ ਵਾਪਸ ਆਈ ਜਾਂਦਾ ਸ਼ਹਿਰ ਤੋਂ ਤਾਂ ਉਹ ਮੇਰੀ ਵੇਟ ਕਰਦਾ ਰਿਹਾ ਕਿਉਂਕਿ ਉਹ ਪਰਸਨ ਲੱਕੀ ਸਰ ਜੀ ਨਾਲ ਉਹਨਾਂ ਦੇ ਬਹੁਤ ਪਹਿਲਾਂ ਦੇ ਲਿੰਕ ਹੈ ਤਾਂ ਲੱਕੀ ਸਰ ਉਹਨਾਂ ਕੋਲ 스마트ਵਾਚ ਵੀ ਲੈ ਕੇ ਆਏ ਸੀ 4-5 ਦਿਨ ਪਹਿਲਾਂ ਤਾਂ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਕਹਿੰਦਾ ਹਾਂ ਯਾਰ ਕਹਿੰਦਾ ਵੀ ਜਿਹੜੇ ਨਾ ਪਰਸਨ ਪਹਿਲਾਂ ਆ ਜਾਂਦੇ ਆ ਕਹਿੰਦਾ ਜਿਵੇਂ ਤੂੰ ਪਹਿਲਾਂ ਆ ਗਿਆ ਕਹਿੰਦਾ ਤੇਰੇ ਨਾਲ ਬਾਕੀ ਆਏ ਆ ਕਹਿੰਦਾ ਲੱਕੀ ਸਾਰ ਅਰਗੇ ਪਰਸਨ ਜੁੜ ਗਏ ਵੀ ਜਿਨ੍ਹਾਂ ਦਾ ਨੇਮ ਹੈਗਾ ਬਾਗੇ ਪਰਾਨੇ ਦੇ ਵਿੱਚ ਆਏ ਹਨ ਤਾਂ ਜਿਹੜੀ ਉਹਨਾਂ ਦੇ ਵੀਊ ਬਦਲ ਚੁੱਕੇ ਆ ਹੁਣ ਦੇਖ ਰਹੇ ਆ ਬਹੁਤ ਕੁਝ ਮੈਂ ਵੀ ਉਹਨੂੰ ਫਿਰ ਆਈ ਕਿਹਾ ਮੈਂ ਕਿਹਾ ਵੀ ਵੀਰੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਹੋਊਗਾ ਕਹਿੰਦਾ ਹੁਣ ਤਾਂ ਲੱਖ ਡੇਢ ਲੱਖ ਨੂੰ ਜਾਂਦਾ ਉਹ ਕੰਮ ਮੈਂ ਕਿਹਾ ਹਾਂ ਬਸ ਮੈਂ ਕਿਹਾ ਵੀ ਸੁੱਖ ਚਾਹੀਦੇ 2025 ਦੇ ਵਿੱਚ ਬਹੁਤ ਕੁਝ ਕਰਨ ਜਾ ਰਹੇ ਆ ਆਪਾਂ ਮਾਲਕ ਦੀ ਕਿਰਪਾ ਨਾਲ ਪਰ ਹਨਾ ਤਾ ਜਣੀ ਉਹਨਾਂ ਦੇ ਨਾ ਮੂੰਹ ਤੋਂ ਹੁਣ ਮੱਖੀ ਨਹੀਂ ਉੜਦੀ ਜਦੋਂ ਵੇਖਦੇ ਆ ਵੀ ਗੌਰਵ ਸ਼ਾਹੀ ਕਦੇ ਟਾਈ ਲਾ ਕੇ ਇੱਧਰ ਨੂੰ ਜਾਂਦਾ ਗੌਰਵ ਸ਼ਾਹੀ ਕਦੇ ਕੱਟ ਪਾ ਕੇ ਉੱਧਰ ਨੂੰ ਨਿਕਲ ਗਿਆ ਤਾਂ ਦੋਸਤੋ ਆਪਾਂ ਦਾ ਕਾਲਜੇ ਫੁੱਕਣੇ ਆ ਬਸ ਸ੍ਰੀ ਕਾ ਦੇ ਕਾਲਜੇ ਫੁੱਕਣੇ ਇਸ ਕਰਕੇ ਲੱਗੇ ਰਿਓ ਕੋਈ ਚੱਕਰ ਨਹੀਂ ਸਾਰੇ ਤੁਹਾਡੇ ਨਾਲ ਆ ਕੰਪਨੀ ਪ੍ਰੋਮੋਟਰ ਕੀ ਸਾਰੇ ਨਾਲ ਆ ਹੁਣ ਮੈਂ ਤੁਹਾਨੂੰ ਇੱਕ ਹੋਰ ਛੋਟੀ ਜੀ ਸਟੋਰੀ ਸੁਣਾਉਣਾ ਕਹਿੰਦੇ ਜੇ ਸਾਈਕਲ ਦੀ ਚੈਨ ਮਜ਼ਬੂਤ ਹੈ ਔਰ ਤੁਹਾਡੇ ਮੰਜ਼ਲ ਤੱਕ ਤੁਹਾਨੂੰ ਪਹੁੰਚਣ ਲਈ ਕੋਈ ਵੀ ਔਂਕੜ ਨਹੀਂ ਆਉਣੀਗੀ ਤੁਸੀਂ ਜਿੱਡੀ ਮਰਜ਼ੀ ਪਹਾੜੀ ਨੂੰ ਸਿੱਧਾ ਕਰ ਦਿਓ ਸਾਈਕਲ ਦੋਸਤੋ ਇਹ ਸੇਮ ਇਸੇ ਤਰ੍ਹਾਂ ਬ੍ਰਾਈਟ ਰੇਂਜ ਦੇ ਵਿੱਚ ਅਗਰ ਤੁਸੀਂ 7 ਕਰੋੜ ਵੱਲ ਜਾਣਾ ਤੁਹਾਡਾ ਜਿਹੜਾ ਚੇਨ ਸਿਸਟਮ ਹੈ ਤੁਹਾਡਾ ਮਜ਼ਬੂਤ ਹੋਣਾ ਚਾਹੀਦਾ ਤੁਸੀਂ ਕਦੇ ਵੀ ਰੁਕਣਾ ਨਹੀਂ ਇਹ ਨਹੀਂ 2 4 5 7 10 ਪਰਸਨ ਲਾਤੇ ਤੁਸੀਂ ਆਖਿਆ ਵੀ ਆਪਣਾ ਕੰਮ ਚੱਲ ਪਿਆ ਆਪਾਂ ਨੂੰ 5 7000 ਵੀਕਲੀ ਆਉਣ ਲੱਗੇ ਨਹੀਂ ਦੋਸਤੋ ਪਰਸਨ ਕਦੇ ਵੀ ਨਾ ਲਾਉਣੇ ਛੱਡੋ ਜੁਆਇਨਿੰਗਾਂ ਕਰਦੇ ਰਹੋ ਕਰਦੇ ਰਹੋ ਕਿਉਂਕਿ ਡਾਕਟਰ ਕੁਲਵਿੰਦਰ ਜੀ ਕਹਿੰਦੇ ਹੁੰਦੇ ਆ ਵੀ ਹਮੇਸ਼ਾ ਤੁਹਾਡੇ ਨਾਲ ਕੁਛ ਚੱਲਦੇ ਆ ਸਾਥ-ਸਾਥ ਕੁਛ ਚੱਲਦੇ ਆ ਵੇਖ ਕੇ ਇਸ ਕਰਕੇ ਕੁਝ ਲੋਕ ਤੁਹਾਡੇ ਨਾਲ ਸਦਾ ਲਈ ਵੀ ਖੜੇ ਰਹਿਣਗੇ ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਵੀ ਤੁਹਾਡੇ ਨਾਲ ਪਰਸਨ 6 ਮਹੀਨੇਸਾਲ ਹੀ ਲਾਉਣਗੇ ਦੋਸਤੋ ਪਰ ਇੱਕ ਚੀਜ਼ ਤੁਹਾਨੂੰ ਗਾਉਂਗਾ ਤੁਸੀਂ ਕਦੇ ਵੀ ਇੱਕ ਪਰਸਨ ਤੇ ਖੜੇ ਨਾ ਰਹੇਓ ਤੁਸੀਂ ਸਿਸਟਮ ਦੇ ਵਿੱਚ ਜਦੋਂ ਵੀ ਤੁਹਾਨੂੰ ਕੋਈ ਵੀ ਪਰਸਨ ਮਿਲਦਾ ਤੁਸੀਂ ਜੁਆਇਨ ਕਰਾ ਪਾਉਂਦੇ ਚੱਲੋ ਉਹਨੂੰ ਸਿਸਟਮ ਦੇ ਨਾਲ ਪਾਉਂਦੇ ਚੱਲੋ ਪਰਸਨ ਨੂੰ ਕਿਉਂਕਿ ਅੱਜ ਜੇ ਤੁਹਾਡੇ ਨਾਲ ਤੁਸੀਂ ਇੱਕ ਪਰਸਨ ਤੇ ਰਹਿ ਗਏ ਦੋਸਤੋ ਤੁਸੀਂ ਕਦੇ ਵੀ ਤੁਹਾਡਾ ਬਿਜ਼ਨਸ ਡਾਊਨਫਾਲਚ ਜਾ ਸਕਦਾ ਇਹ ਚੀਜ਼ ਦਾ ਕਿਉਂਕਿ ਮੈਂ ਆਈਡੀਆ ਲਾਇਆ ਇਸ ਕਰਕੇ ਤੁਸੀਂ ਪਰਸਨ ਭਰਤੀ ਕਰਦੇ ਚੱਲੋ ਕਰਦੇ ਚੱਲੋ ਕੋਈ ਗੱਲ ਨਹੀਂ ਕਈ ਵਾਰੀ ਕਿਸੇ ਪਰਸਨ ਦੇ ਦਿਮਾਗ 'ਚ ਕੋਈ ਇਹੋ ਜਿਹੀ ਨੈਗੇਟਿਵਿਟੀ ਆ ਜਾਂਦੀ ਹੈ ਉਹ ਪਰਸਨ ਡਾਊਨ ਹੋ ਕੇ ਬਹਿ ਜਾਂਦਾ ਉਹ ਸੋਚਦਾ ਵੀ ਖਣੀ ਮੇਰੀ ਅਪਲਾਈਨ ਮੇਰੇ ਸਿਰ ਤੇ ਹੀ ਵਰਕ ਕਰ ਰਹੀ ਹੈ ਇਹ ਚੀਜ਼ ਮਾਈਂਡ ਨਾ ਕਰਿਓ ਕੋਈ ਵੀ ਮੈਂ ਕਿਸੇ ਤੇ ਲਾ ਕੇ ਨਹੀਂ ਕਰ ਰਿਆ ਪਰ ਮੈਂ ਤੁਹਾਨੂੰ ਇਹ ਚੀਜ਼ ਦੱਸ ਰਿਹਾ ਵੀ ਤੁਸੀਂ ਆਪ ਦਾ ਲੱਗੇ ਰਹੋ ਸਿਸਟਮ ਦੇ ਨਾਲ ਆਪਦੀ ਤੁਸੀਂ ਵੀ ਟੀਮ ਬਣਾਉਣੀ ਨਹੀਂ ਛੱਡਣੀ ਆਪਦਾ ਵਰਕ ਕਰਦੇ ਰਹਿਣਾ ਔਰ ਸ਼ੋਅ ਦਾ پلان ਕਰਦੇ ਚੱਲੋ ਕਰਦੇ ਚੱਲੋ ਨੈਟਵਰਕ 'ਚ ਬਹੁਤ ਪਰਸਨ ਆਉਣਗੇ ਬਹੁਤ ਜਾਣਗੇ ਘਬਰਾਇਓ ਨਾ ਲੱਗੇ ਰਹੋ ਤਿੰਨ ਚੀਜ਼ਾਂ ਦੀ ਆਦਤ ਪਾ ਲਓ ਦੋਸਤੋ ਕਿਹੜੀਆਂ ਤਿੰਨ ਚੀਜ਼ਾਂ ਦੀ ਆਦਤ ਪਾਉਣੀਆਂ ਆਪਾਂ ਆਪਾਂ ਸਿਸਟਮ ਦੇ ਵਿੱਚ ਤਿੰਨ ਚੀਜ਼ਾਂ ਓਪਨ ਮੀਟਿੰਗ ਔਰ ਜੂਮ ਮੀਟਿੰਗ ਔਰ ਗਰੋ ਨੂੰ ਟੱਚ ਦੇ ਵਿੱਚ ਰਹਿਣਾ ਇਹ ਤਿੰਨ ਚੀਜ਼ਾਂ ਕਰ ਲਓ ਅਗਰ ਤੁਸੀਂ ਕਾਮਯਾਬ ਹੋਣਾ ਆਪਣੀ ਟੀਮ ਨੂੰ ਓਪਨ ਮੀਟਿੰਗ ਦੇ ਵਿੱਚ ਭਾਉਣ ਲੱਗ ਜਾਓ ਜੂਮ ਮੀਟਿੰਗ ਦੇ ਵਿੱਚ ਭਾਉਣ ਲੱਗ ਜਾਓ ਕੋਈ ਔਖਾ ਨਹੀਂ ਸਿਰਫ ਉਹਦੇ ਮੋਬਾਈਲ ਦੇ ਵਿੱਚ ਪਰਸਨ ਦੇ ਜੂਮ ਦਾ ਲਿੰਕ ਹੀ ਲਾਉਣਾ ਹੁੰਦਾ ਦੋਸਤੋ ਲਾ ਕੇ ਉਹਨੂੰ ਕੇ ਰਜਾਇਨ ਕਰਨਾ ਦੱਸ ਦੋ ਉਦੋਂ ਬਾਅਦ ਉਹ ਪਰਸਨ ਜਦੋਂ ਜੁਆਇਨ ਹੋਣ ਲੱਗ ਗਿਆ ਥੋੜੀ ਸਰਦਾਰਦੀ ਕਹਿੰਦਾ ਮੇਰੇ ਮਕਸਦ ਇਹੀ ਹੈ ਵੀ ਤੁਸੀਂ ਥੋੜੀ ਆਪਦੀ ਸਰਦਾਰਦੀ ਘਟ ਜੂਗੀ ਦੋਸਤੋ ਜਦੋਂ ਤੁਸੀਂ ਆਪਣੀਆਂ ਟੀਮਾਂ ਨੂੰ ਓਪਨ ਮੀਟਿੰਗ ਔਰ ਜੂਮ ਮੀਟਿੰਗ 'ਚ ਬੁਆਉਣ ਲੱਗਗੇ ਔਰ ਇੱਕ ਟੱਚ ਦੇ ਵਿੱਚ ਜ਼ਰੂਰ ਰਿਹਾ ਕਰੋ ਟੀਮਾਂ ਦੇ ਨਾਲ ਟੱਚ ਦੇ ਵਿੱਚ ਰਹਿਣ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਗਾ ਤੁਹਾਨੂੰ ਫਾਇਦਾ ਹੀ ਹੋਣਾ ਕਿਉਂਕਿ ਮੈਂ ਚੀਜ਼ਾਂ ਅਕਸਪੈਰੀਮੈਂਟ ਕਰਕੇ ਦੇਖਿਆ ਜਦੋਂ ਆਪਾਂ ਟੀਮਾਂ ਦੇ ਵਿੱਚ ਨਾਲ ਟੱਚ ਰਹਿੰਦੇ ਆ ਨਾ ਦੋਸਤੋ ਟੀਮ ਦੇ ਵਿੱਚ ਵੀ ਨਰਜੀ ਆਉਂਦੀ ਹੈ ਔਰ ਬੰਦਾ ਪੋਜ਼ਿਟਿਵ ਹੋ ਜਾਂਦਾ ਭਲਾ 2 ਮਿੰਟ ਹੀ ਕਾਲਿੰਗ ਕਰੋ ਆਪਣੇ ਪਰਸਨ ਨੂੰ ਕਾਲਿੰਗ ਕਰਦੇ ਰਿਹਾ ਕਰੋ ਇਹ ਨਹੀਂ ਕਿ ਜਿਹੜਾ ਪਰਸਨ ਅੱਜ ਡੈੱਡ ਬੈਠਾ ਉਹਨੂੰ ਤੁਸੀਂ ਬਿਲਕੁਲ ਨਹੀਂ ਛੇੜਨਾ ਉਹਨੂੰ ਵੀ ਟੱਚ ਕਰਦੇ ਰਿਹਾ ਕਰੋ ਦੋਸਤੋ ਇੱਕ ਨਾ ਇੱਕ ਦਿਨ ਕੋਈ ਪਤਾ ਨਹੀਂ ਹੁੰਦਾ ਕਿਹੜੇ ਬੰਦੇ ਨੇ ਤੁਹਾਨੂੰ ਕੀ ਚੀਜ਼ ਦੇ ਜਾਣੀ ਹੈ ਔਰ ਕਹਿੰਦੇ ਕਿ ਜਿਹੜੇ ਵੀ ਪਰਸਨ ਨੂੰ ਇਹਨਾਂ ਜ਼ੂਮ ਮੀਟਿੰਗ ਔਰ ਗਰੋ ਲਾਈਨ ਨੂੰ ਜਿਸ ਪਰਸਨ ਨੂੰ ਇਹ ਸਾਰੀਆਂ ਚੀਜ਼ਾਂ ਕਰਨ ਦਾ ਨਸ਼ਾ ਹੋ ਗਿਆ ਤਾਂ ਦੋਸਤੋ ਉਹ ਕਾਮਯਾਬ ਹੋਣ ਤੋਂ ਉਹਨੂੰ ਕੋਈ ਵੀ ਨਹੀਂ ਰੋਕ ਸਕਦਾ ਦੁਨੀਆ ਦੀ ਤਾਕਤ ਨਹੀਂ ਵੀ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਸਕੇ ਦੋਸਤੋ ਇਹ ਚੀਜ਼ ਦਾ ਨਸ਼ਾ ਲਾ ਲਓ ਇਹਦਾ ਕੋਈ ਨੁਕਸਾਨ ਨਹੀਂ ਜੂਮ ਮੀਟਿੰਗ ਦਾ ਓਪਨ ਮੀਟਿੰਗ ਦਾ ਨਸ਼ਾ ਲਾ ਲਓ ਮੈਂ ਕਹਿੰਦਾ ਇਹੋ ਜੇ ਨਸ਼ਾ ਤਾਂ ਪਰਮਾਤਮਾ ਹਰੇਕ ਨੂੰ ਲਾਵੇ ਜਿਹੜਾ ਜੂਮ ਮੀਟਿੰਗ ਔਰ ਓਪਨ ਮੀਟਿੰਗ ਦੇ ਨਾਲ ਜੁੜਨ ਲੱਗ ਜੇ ਦੋਸਤੋ ਸਾਨੂੰ ਕਿਉਂਕਿ ਇਹ ਚੀਜ਼ ਲੱਗ ਚੁੱਕੀ ਹੈ ਔਰ ਮੇਰੀ ਟੀਮ ਨੂੰ ਵੀ ਲੱਗ ਰਿਹਾ ਪੂਰਾ ਨਸ਼ਾ ਇਹ ਚੀਜ਼ ਦਾ ਕਿਉਂਕਿ ਸਾਨੂੰ ਤਾਂ ਰੋਟੀ ਨਹੀਂ ਚੰਗੀ ਲੱਗਦੀ ਜਿੰਨਾ ਚਿਰ ਦੋਸਤੋ ਕਿਸੇ ਅੱਛੇ ਲੀਡਰ ਦੇ ਵਿਚਾਰ ਨਾ ਸੁਣੀਏ ਜਿੱਥੇ ਵੀ ਹੋਈਏ ਕਿਤੇ ਵੀ ਹੋਈਏ ਸਾਡੇ ਸੱਤ ਨੂੰ ਤਾਂ ਚੰਬਾ ਲੱਗ ਜਾਂਦਾ ਮੋਬਾਈਲ ਚੱਕੀ ਦਾ ਵੀ ਕਿੱਥੇ ਆ ਵੀ ਮੀਟਿੰਗ ਸ਼ੁਰੂ ਹੋ ਗਈ ਮੀਟਿੰਗ ਸ਼ੁਰੂ ਹੋ ਗਈ ਹਫੜਾ ਦਫੜੀ ਵਾਲਾ ਕੰਮ ਹੋ ਜਾਂਦਾ ਸਾਡੇ ਘਰੇ ਤਾਂ ਇਸ ਕਰਕੇ ਦੋਸਤੋ ਤੁਹਾਡੇ ਅੰਦਰ ਚਸ ਹੋਣੀ ਚਾਹੀਦੀ ਹੈ ਵੀ ਆਪਾਂ ਜੂਮ ਮੀਟਿੰਗ ਦੇ ਵਿੱਚ ਬੈਠਣਾ ਤਾਂ ਤੁਸੀਂ ਸਾਰੇ ਹੀ ਕਾਮਯਾਬ ਹੋਵੋਗੇ ਔਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਦਾ ਵੀ ਆਪਾਂ ਚੱਲਦੇ ਜਾਣਾ ਚੱਲਦੇ ਜਾਣਾ ਆਪਾਂ ਇੱਕ ਦਿਨ ਮੰਜ਼ਲ ਦੇ ਕਿਨਾਰੇ ਤੇ ਦੋਸਤੋ ਸਾਰੇ ਜ਼ਰੂਰ ਪਹੁੰਚਾਂਗੇ ਆਪਾਂ ਹਾਰ ਨਹੀਂ ਮੰਨਣੀ ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਕਿ ਆਪਾਂ ਜਮਾਂ ਸਫਲਤਾ ਦੇ ਦਰਵਾਜ਼ੇ ਦੇ ਨੇੜੇ ਪਹੁੰਚਣ ਵਾਲੇ ਹੁੰਨੇ ਆ ਬਸ ਇੱਕ ਵਾਰ ਹੀ ਖੋਲਣਾ ਹੁੰਦਾ ਜਮਾਂ ਨੇੜੇ ਪਹੁੰਚਣ ਵਾਲੇ ਹੁੰਨੇ ਆ ਉੱਥੇ ਆਪਣੇ ਪਤਾ ਨਹੀਂ ਦਿਮਾਗ 'ਚ ਕੀ ਹੈ ਇਹੋ ਜਿਹਾ ਥਾਊਟ ਆ ਜਾਂਦਾ ਆਪਾਂ 네ਗੇਟਿਵ ਹੋ ਕੇ ਬਹਿ ਜਾਂਦੇ ਆ ਦੋਸਤੋ ਕਦੇ ਵੀ ਇਹ ਚੀਜ਼ ਆਪਾਂ ਨਹੀਂ ਕਰਨੀ ਆਪਾਂ ਸਫਲਤਾ ਦੇ ਨਜ਼ਦੀਕ ਹੋ ਕੇ ਕਦੇ ਵੀ ਨਹੀਂ ਮੁੜਨਾ ਉੱਚਾ ਚੜ ਲੱਗੇ ਰਹਿਣਾ ਲੱਗੇ ਰਹਿਣਾ ਜਿੰਨਾ ਚਿਰ ਕਾਮਯਾਬ ਨਹੀਂ ਹੁੰਦੇ ਔਰ ਆਪਦੇ ਥੱਲੇ ਕਾਮਯਾਬ ਨਹੀਂ ਕਰਦੇ ਤੁਸੀਂ ਆਪਦੇ ਥੱਲੇ ਜਿੰਨਾ ਚਿਰ 5 7 10 ਪਰਸਨ ਕੋਈ ਅਚੀਵਰ ਨਹੀਂ ਕੱਢਦੇ 골ਡ ਸਟਾਰ ਸਿਲਵਰ ਸਟਾਰ ਤੁਹਾਡੀ ਟੀਮ ਚ ਨਹੀਂ 10 ਹੈਗੇ ਤਾਂ ਤੁਸੀਂ ਉਹਨਾਂ ਚਿਰ ਕਾਮਯਾਬੀ ਨਹੀਂ ਘੱਟੋ ਘੱਟ ਟੀਚੇ ਬਣਾਓ ਵੀ ਅਸੀਂ ਕਾਮਯਾਬ ਹੋਣਾ ਔਰ ਆਪਦੀ ਟੀਮ ਨੂੰ ਕਾਮਯਾਬ ਕਰਨਾ ਪ੍ਰਮਾਤਮਾ ਨੇ ਸਾਰਿਆਂ ਦੀ ਹੀ ਕਿਸਮਤ ਦੇ ਵਿੱਚ ਸਟਾਰ ਲਿਖੇ ਹੋਏ ਆ ਦੋ ਤਾਂ ਉਹ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਮਿਲਣਗੇ ਇਸ ਲਈ ਹਾਰ ਨਹੀਂ ਬਣਨੀ ਨਹੀਂ ਕਈ ਵਾਰੀ ਸਟਾਰ ਤੁਹਾਡੇ ਜਮਾਂ ਨੇੜੇ ਹੁੰਦੇ ਆ ਤਾਂ ਤੁਸੀਂ ਥੋੜਾ ਜਿਹਾ ਬਸ ਉਹ ਚੀਜ਼ ਦੇ ਵਿੱਚ ਕੀ ਹੈ ਕੀ ਘਬਰਾ ਕੇ 네ਗੇਟਿਵ ਹੋ ਕੇ ਘਰੇ ਬਹਿ ਜਾਨੇ ਹੋ ਮੈਂ ਬਹੁਤ ਪਰਸ਼ਨ ਇਹੋ ਜਿਹੇ ਵੇਖੇ ਆ ਬਹੁਤ ਵੇਖੇ ਆ ਜਿਹੜੇ ਪਹਿਲਾਂ ਪਹਿਲਾਂ ਬੜੀਆਂ ਵੜਕਾ ਮਾਰਦੇ ਦੋਸਤੋ ਉਸ ਤੋਂ ਬਾਅਦ ਉਹ ਬਹਿ ਜਾਂਦੇ ਆ ਵੜਕਾ ਨਾ ਮਾਰੋ ਪਰਮਾਤਮਾ ਤੋਂ ਸੱਚੇ ਪਾਤਸ਼ਾਹ ਤੋਂ ਵਾਹਿਗੁਰੂ ਤੋਂ ਡਰੋ ਤੁਸੀਂ ਸਾਰੇ ਕਰੋੜਪਤੀ ਬਣੋਗੇ ਪਰ ਤੁਸੀਂ ਸਬਰ ਨਾਲ ਉਹ ਸੰਤੋਖ ਨਾਲ ਚੱਲੋ ਆਪਾਂ ਸਾਰੇ ਹੀ ਬ੍ਰਾਈਟ ਰੇਂਜ ਦੇ ਇੱਕ ਦਿਨ ਕਰੋੜਪਤੀ ਹੋਵੋਗੇ ਕਿਉਂਕਿ ਕਈ ਵਾਰੀ ਨਾ ਪਤਾ ਨਹੀਂ ਹੁੰਦਾ ਪ੍ਰਮਾਤਮਾ ਨੇ ਨਾ ਤੁਹਾਨੂੰ ਕੁਝ ਵੱਡਾ ਦੇਣਾ ਹੁੰਦਾ ਪ੍ਰਮਾਤਮਾ ਨੇ ਤੁਹਾਨੂੰ ਵੱਡਾ ਦੇਣ ਲਈ ਹੁਣ ਤੁਹਾਡੇ ਕੋਲੇ ਪ੍ਰਮਾਤਮਾ ਖੁਦ ਤਾਂ ਚੱਲ ਕੇ ਨਹੀਂ ਆਉਂਦਾ ਵੀ ਆਲਾ ਚੱਕ ਭਾਈ 2 ਕਰੋੜ ਰੁਪਈਆ ਪ੍ਰਮਾਤਮਾ ਨੇ ਕਿਸੇ ਪਰਸਨ ਨੂੰ ਹੀ ਭੇਜਣਾ ਨਾ ਤੁਹਾਡੇ ਘਰੇ ਜਿਵੇਂ ਰਾਜਵਿੰਦਰ ਸੰਘਾ ਜੀ ਮੇਰੇ ਘਰੇ ਆਏ ਸੀਗੇ ਉਹ ਮੈਨੂੰ ਇੱਕ ਪ੍ਰਮਾਤਮਾ ਦੇ ਰੂਪ ਵਿੱਚ ਆਏ ਮੇਰੇ ਕੋਲੇ ਉਹਨਾਂ ਨੇ ਮੈਨੂੰ ਬਿਜ਼ਨਸ ਪਲਾਨ ਦੱਸਿਆ ਮੈਂ ਤੁਰੰਤ ਜੁਆਇਨ ਕੀਤਾ ਦੋਸਤੋ ਤਾਂ ਰਾਜਵਿੰਦਰ ਸਿੰਘਾ ਜੀ ਦਾ ਅੱਜ ਮੈਂ ਰਿਣੀ ਆ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਇੰਨਾ ਮੇਰਾ ਸਾਥ ਦਿੱਤਾ ਅੱਜ ਵੀ ਦੇ ਰਹੇ ਆ ਦੋਸਤੋ ਉਹਨਾਂ ਦੀ ਬਦੌਲਤ ਹੀ ਮੈਂ ਜੋ ਕੁਝ ਬੋਲ ਰਿਹਾ ਮੇਰੇ ਬਿਜ਼ਨਸ ਗੁਰੂ ਹੈ ਇਸ ਕਰਕੇ ਬਿਜ਼ਨਸ ਗੁਰੂ ਨੂੰ ਹਮੇਸ਼ਾ ਉਹਨਾਂ ਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਦੋਸਤੋ ਪਰਮਾਤਮਾ ਤੁਹਾਨੂੰ ਪਰਖਦਾ ਹੁੰਦਾ ਤੁਸੀਂ ਤਾਂ ਉਹ ਸੋਚਿਆ ਵੀ ਨਹੀਂ ਹੁੰਦਾ ਜਿਹੜਾ ਤੁਹਾਨੂੰ ਪਰਮਾਤਮਾ ਨੇ ਦੇਣਾ ਹੁੰਦਾ ਪਰਮਾਤਮਾ ਦੇ ਘਰੇ ਤਾਂ ਕੋਈ ਕਮੀ ਹੈ ਨਹੀਂ ਉਹ ਤਾਂ ਦੇਣ ਨੂੰ ਤਿਆਰ ਹੈ ਉਹਦੇ ਤਾਂ ਗੱਫੇ ਖੋਲੇ ਹੋਏ ਆ ਬਸ ਉਹ ਤੁਹਾਨੂੰ ਪਰਖ ਰਿਹਾ ਉਹਦਾ ਥੋੜਾ ਜਿਹਾ ਜਿਹੜਾ ਥੋੜਾ ਸਬਰ ਹੈ ਨਾ ਉਹ ਖਤਮ ਹੋ ਜਾਂਦਾ ਤੁਸੀਂ ਨੈਗੇਟਿਵ ਹੋ ਕੇ ਬਹਿ ਜਿੰਨੇ ਤੁਸੀਂ ਕਹਿੰਦੇ ਹੋ ਵੀ ਯਾਰ ਇਹ ਚੀਜ਼ਾਂ ਮੇਰੇ ਵਾਸਤੇ ਨਹੀਂ ਬਣੀਆਂ ਮੈਂ ਅੱਗੇ ਵੀ ਮੀਟਿੰਗ 'ਚ ਦੱਸਿਆ ਸੀ ਵੀ ਜੇ ਅੱਜ ਕਰੋੜ ਕਰੋੜ 2-2 ਕਰੋੜ ਵਾਲੀਆਂ ਗੱਡੀਆਂ ਬਣੀਆਂ ਦੋਸਤੋ ਉਹ ਆਪਣੇ ਲੋਕਾਂ ਵਾਸਤੇ ਬਣੀਆਂ ਜੇ ਅੱਜ ਉਹ ਕੰਪਨੀ ਦਾ ਮਾਲਕ ਸੋਚ ਲੇ ਵੀ ਯਾਰ 2 ਕਰੋੜ ਰੁਪਏ ਵਾਲੀ ਗੱਡੀ ਕੌਣ ਲਊਗਾ ਲੋਕਾਂ ਕੋਲ ਇੰਨਾ ਪੈਸਾ ਹੀ ਨਹੀਂ ਨਹੀਂ ਦੋਸਤੋ ਉਹਨਾਂ ਦੀ ਸੋਚ ਇਦੋਂ ਵੀ ਐਡਵਾਂਸ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਜਿੱਥੋਂ ਆਪਣੀ ਸੋਚ ਨਹੀਂ ਖਤਮ ਹੁੰਦੀ ਆ ਬੱਡੇ ਲੀਡਰਾਂ ਦੀ ਕੈਪਟਨ ਮਰਿੰਦਰ ਅਰਗਿਆ ਦੀ ਪ੍ਰਕਾਸ਼ ਸਿੰਘ ਬਾਦਲ ਅਰਗਿਆ ਦੀ ਉੱਥੋਂ ਸੋਚਣੀ ਸ਼ੁਰੂ ਹੁੰਦੀ ਹੈ ਇਸ ਕਰਕੇ ਲੀਡਰਾਂ ਦੀ ਸੋਚਣੀ ਉੱਥੋਂ ਸ਼ੁਰੂ ਹੁੰਦੀ ਹੈ ਕਦੇ ਵੀ ਜਿਹੜਾ ਵੀ ਤੁਹਾਨੂੰ ਅੱਛਾ ਲੀਡਰ ਆ ਕੇ ਕੁਝ ਦੱਸ ਕੇ ਜਾਂਦਾ ਤੁਸੀਂ ਉਹਦੀ ਗੱਲ ਤੇ ਜ਼ਰੂਰ ਐਪਲੀਮੈਂਟ ਕਰਿਆ ਕਰੋ ਧਿਆਨ ਕਰਿਆ ਕਰੋ ਔਰ ਆਪਦੇ ਅੰਦਰ ਝਾਤ ਜ਼ਰੂਰ ਮਾਰਿਆ ਕਰੋ ਵੀ ਮੇਰੇ 'ਚ ਯਾਰ ਕਿੱਥੇ ਕਮੀ ਹੈ ਮੈਂ ਨਹੀਂ ਆਂਦਾ ਵੀ ਕਿਸੇ ਤੇ ਸਾੜਾ ਕਰੋ ਪਰ ਤੁਸੀਂ ਕੰਪੀਟੀਸ਼ਨ ਕਰ ਸਕਦੇ ਹੋ ਕੰਪੀਟੀਸ਼ਨ ਜਿਵੇਂ ਕਰਨਾ ਤੁਸੀਂ ਮੰਨ ਕੇ ਚੱਲੋ ਵੀ ਆਧਾਰਨ ਵਜੋਂ ਮੈਂ ਤੁਹਾਨੂੰ ਦੱਸਦਾ ਵੀ ਆਪਣਾ ਕੋਈ ਵੀ ਪਰਸਨ ਮੰਨ ਲਓ ਅੱਜ ਸਿਲਵਰ ਸਟਾਰ ਤੇ ਬੈਠਾ ਹੈ ਉਹ ਦੂਜੇ ਪਰਸਨ ਵੱਲ ਦੇਖੇ ਯਾਰ ਵੀ ਜਿਵੇਂ ਆਂਟੀ ਸਖਦੇਵ ਕੌਰ ਜੀ ਅੱਜ ਸਿਲਵਰ ਸਟਾਰ ਬੈਠੇ ਆ ਹੋ ਸਕਦੇ ਉਹ ਸਰਜੀਤ ਸਿੰਘ ਜੀ ਵੱਲ ਦੇਖੇ ਵੀ ਸਰਜੀਤ ਸਿੰਘ ਜੀ ਸਿਲਵਰ ਸਟਾਰ ਤੋਂ ਮੇਰੇ ਤੋਂ ਪਿੱਛੇ ਆਏ ਸੀ ਉਹ 1 ਸਟਾਰ ਕਰਕੇ ਸਿਲਵਰ ਸਟਾਰ ਕਰਕੇ ਅੱਜ 골ਡ ਸਟਾਰ ਕਰਕੇ ਅੱਜ ਸਰਜੀਤ ਸਿੰਘ ਜੀ ਡਾਇਰੈਕਟਰ ਲੈਵਲ ਵੀ ਕਰਨ ਵਾਲੇ ਆ ਤਾਂ ਦੋਸਤੋ ਉਹ ਦੇਖਣ ਵੀ ਮੇਰੇ 'ਚ ਕਿੱਥੇ ਕਮੀ ਐ ਮੇਰੇ 'ਚ ਕਿੱਥੇ ਕਮੀ ਆ ਰਹੀ ਆ ਉਹ ਚੀਜ਼ ਨੂੰ ਦੇਖਣ ਉਹ ਚੀਜ਼ ਨੂੰ ਆਪਦੇ ਅੰਦਰੋਂ ਦੂਰ ਕਰਨ ਕਮੀ ਨੂੰ ਮੈਂ ਨਹੀਂ ਆਂਦਾ ਕਿਸੇ ਤੇ ਸਾੜਾ ਕਰੋ ਕੋਈ ਗੱਲ ਨਹੀਂ ਪ੍ਰਮਾਤਮਾ ਤੁਹਾਡੇ ਤੇ ਵੀ ਦੇਣ ਆਉਣਗੇ ਸਾਰਿਆਂ ਤੇ ਇਸ ਕਰਕੇ ਸਾੜਾ ਨਾ ਕਰੋ ਤੁਸੀਂ ਇਹ ਚੀਜ਼ ਸੋਚੋ ਵੀ ਯਾਰ ਮੇਰੇ 'ਚ ਕਿੱਥੇ ਕਮੀ ਐ ਮੈਂ ਉਹ ਕਮੀ ਨੂੰ ਦੂਰ ਕਰਾ ਆਪਦੇ ਅੰਦਰੋਂ ਆਪਦੇ ਮਾੜੇ ਗੁਣ ਕੱਢਾਂ ਚੰਗੇ ਗੁਣ ਪਾਵਾਂ ਦੋਸਤੋ ਮੈਂ ਨਹੀਂ ਆਂਦਾ ਹਰੇਕ ਦੇ ਵਿੱਚ ਚੰਗੇ ਗੁਣ ਹੀ ਹੁੰਦੇ ਆ ਹਰੇਕ ਦੇ ਵਿੱਚ ਔਗਣ ਵੀ ਹੁੰਦੇ ਆ ਉਹ ਔਗਣ ਬਾਹਰ ਕੱਢੋ ਗੁਣ ਪਾਉਂਦੇ ਚੱਲੋ ਔਗਣ ਬਾਹਰ ਕੱਢੀ ਚੱਲੋ ਗੁਣ ਪਾਉਂਦੇ ਚੱਲੋ ਗੁਣ ਕਿੱਥੋਂ ਮਿਲਨੇ ਆ ਤੁਹਾਨੂੰ ਨਿਹਾਲ ਸਿੰਘ ਵਾਲੇ ਆਪਣੇ ਹੈੱਡ ਆਫਿਸ ਤੋਂ ਜਿਹੜੀਆਂ ਟ੍ਰੇਨਿੰਗਾਂ ਲੱਗਦੀਆਂ ਬਾਗੇ ਬਣਾਨੇ ਆਪਣੇ ਨਿਹਾਲੇ ਮੀਟਿੰਗ ਹੋ ਰਹੀ ਏ 30 ਤਰੀਕ ਨੂੰ ਉੱਥੇ ਤੁਹਾਨੂੰ ਉਹ ਗੁਣ ਮਿਲਨੇ ਆ ਛੇ ਬਹੁਤ ਵਧੀਆ ਸਪੀਕਰ ਆਉਣਗੇ ਉੱਥੇ ਬਹੁਤ ਕੁਝ ਦੇ ਕੇ ਜਾਣਗੇ ਗੱਫੇ ਪਰ ਆਪਦੇ ਅੰਦਰ ਗੁਣ ਪਾ ਕੇ ਗੁਣਾ ਨੂੰ ਗਾਂ ਅੱਗੇ ਮਾਰਕੀਟ ਦੇ ਵਿੱਚ ਨਿਕਲਣਾ ਪਊਗਾ ਲੋਕਾਂ ਦੇ ਵਿੱਚ ਨਿਕਲਣਾ ਪਊਗਾ ਚੱਲੀਆਂ ਮੀਟਿੰਗਾਂ ਟ੍ਰੇਨਿੰਗਾਂ ਲੈ ਕੇ ਦੋਸਤੋ ਤੁਸੀਂ ਕਦੇ ਵੀ 7 ਕਰੋੜ ਨਹੀਂ ਪ੍ਰਾਪਤ ਕਰੋਗੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਲੱਗੇ ਰਹੋ ਸਿਸਟਮ ਦੇ ਨਾਲ ਔਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿੰਨਾ ਮੇਰੀ ਸਰਜੀਤ ਸਿੰਘ ਜੀ ਨਾਲ ਮਾਰਨਿੰਗ ਗੱਲ ਹੋਈ ਮੈਨੂੰ ਕਹਿੰਦੇ ਵੀ ਗੌਰਵ ਸ਼ਾਹੀ ਜੀ ਕਹਿੰਦੇ ਵੀ ਮੈਨੂੰ ਨਾ ਰਾਤ ਸੁਪਨਾ ਆਇਆ ਵੀ ਜਿਵੇਂ ਆਪਾਂ 6 ਕਿੱਟਾਂ ਨਾਲ ਇੱਥੇ ਐਂਟਰੀ ਲਾਈ ਆ ਸਾਡੇ ਨੇੜੇ ਪਿੰਡਾਂ ਪਰਸਨ ਉੱਗੋਗੇ ਕਹਿੰਦੇ ਵੀ ਉਹ ਪਰਸਨ ਦੀ ਆਪਾਂ ਐਂਟਰੀ ਲਾਦੀ 6 ਕਿੱਟਾਂ ਨਾਲ ਤਾਂ ਮੈਂ ਸਰਜੀਤ ਸਿੰਘ ਜੀ ਨੂੰ ਇੱਕੋ ਹੀ ਗੱਲ ਕਹੀ ਮੈਂ ਕਿਹਾ ਵੀਰ ਜੀ ਜਿਸ ਦਿਨ ਤੁਹਾਨੂੰ ਰਾਤ ਨੂੰ ਸੁੱਤੇ ਪਿਆ ਨੂੰ ਵੀ ਬ੍ਰਾਈਟ ਰੇਂਜ ਦੇ ਸੁਪਨੇ ਆਉਣ ਲੱਗ ਗਏ ਨਾ ਤੁਸੀਂ ਕਾਮਯਾਬ ਹੋ ਜਾਓਗੇ ਕਿਉਂਕਿ ਦੋਸਤੋ ਮੈਂ ਜਦੋਂ ਅੱਜ ਤੋਂ ਇਹ ਮੰਨ ਕੇ ਚੱਲੋ ਵੀ 2 ਤੋਂ 3 ਮਹੀਨੇ ਪਹਿਲਾਂ ਰਾਜਵਿੰਦਰ ਸੰਘਾ ਜੀ ਨਾਲ ਮੇਰੀ ਗੱਲ ਹੋਈ ਸੀ ਮੈਂ ਕਿਹਾ ਸੰਘਾ ਸਰ ਮੈਨੂੰ ਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਕੀ ਚੱਕਰ ਹੈ ਮੈਂ ਕਿਹਾ ਸਰ ਜੀ ਵੀ ਕਈ ਵਾਰੀ ਨਾ ਮੈਂ ਸੋਚਣ ਲੱਗ ਜਾਂਦਾ ਵੀ ਮੈਂ ਓਪਨ ਮੀਟਿੰਗ ਚ ਕੀ ਬੋਲਣਾ ਜੂਮ ਮੀਟਿੰਗ ਚ ਕੀ ਸ਼ੇਅਰ ਕਰਨਾ ਤਾਂ ਮੈਨੂੰ ਮੈਂ ਕਿਹਾ ਰਾਤ ਨੂੰ ਇੰਨੀ ਆ ਗੱਲਾਂ ਮੇਰੇ ਦਿਮਾਗ ਚ ਇੰਨੇ ਕ ਟੌਪਿਕ ਆਉਂਦੇ ਆ ਨਾ ਵੀ ਮੈਂ ਕਿਹਾ ਵੀ ਮੈਨੂੰ ਐ ਹੁੰਦਾ ਵੀ ਯਾਰ ਵੀ ਮੈਂ ਨਾ ਰਾਤ ਨੂੰ 12 ਵਜੇ ਉੱਠ ਕੇ ਲਿਖਣਾ ਸਟਾਰਟ ਕਰਦਾ ਵੀ ਆਪਦੀ ਡੈਰੀ ਦੇ ਉੱਤੇ ਨੋਟ ਕਰਾਂ ਟੌਪਿਕ ਤਾਂ ਮੈਨੂੰ ਰਾਜਵਿੰਦਰ ਸੰਘਾ ਜੀ ਨੇ ਇੱਕੋ ਗੱਲ ਕਹੀ ਕਹਿੰਦੇ ਵੀ ਗੌਰਵ ਸ਼ਾਹੀ ਜੀ ਬਸ ਹੁਣ ਤੁਹਾਡੀ ਕਾਮਯਾਬੀ ਦੇ ਦਿਨ ਸ਼ੁਰੂ ਹੋ ਚੁੱਕੇ ਆ ਕਹਿੰਦੇ ਜਦੋਂ ਇਹ ਚੀਜ਼ਾਂ ਤੁਹਾਡੇ ਨਾਲ ਹੋਣ ਲੱਗ ਜਾਣ ਮੈਂ ਉਹੀ ਚੀਜ਼ ਸਰਜੀਤ ਜੀ ਨੂੰ ਕਹੀ ਮੈਂ ਕਿ ਵੀਰ ਜੀ ਹੁਣ ਤੁਹਾਡੀ ਕਾਮਯਾਬੀ ਦੇ ਦਿਨ ਸਟਾਰਟ ਹੋ ਚੁੱਕੇ ਆ ਦੋਸਤੋ ਜਿਸ ਦਿਨ ਤੁਸੀਂ ਦਿਲੋਂ ਬ੍ਰਾਈਟ ਰੇਂਜ ਨੂੰ ਦੇਤਾ ਜਦੋਂ ਤੁਸੀਂ ਸਿਸਟਮ ਦੇ ਨਾਲ ਖੜੇ ਹੋਗੇ ਤੁਹਾਡਾ ਦਿਮਾਗ ਤੁਹਾਡੇ ਸੁਪਨੇ ਵੀ ਬ੍ਰਾਈਟ ਰੇਂਜ ਦੇ ਆਉਣ ਲੱਗਗੇ ਤੁਹਾਨੂੰ ਹੋਰ ਕੁਝ ਨਹੀਂ ਦਿਸਦਾ ਅੱਗੇ ਬ੍ਰਾਈਟ ਰੇਂਜ ਤੋਂ ਬਿਨਾ ਤਾਂ ਦੋਸਤੋ ਤੁਸੀਂ 100 ਕੀ 101% ਕਾਮਯਾਬ ਹੋਵੋਗੇ ਪਰ ਕਾਮਯਾਬੀ ਤੁਹਾਡੀ ਪੱਕੀ ਹੈ ਉਹਦੇ ਲਈ ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਪੀਜ਼ਾ ਡਿਲੀਵਰੀ ਕਰਦਾ ਹੁੰਦਾ ਆਪਾਂ ਆਮ ਹੀ ਦੇਖਿਆ ਹੁੰਨਾ ਮੋਟਰਸਾਈਕਲ ਦੇ ਮਗਰ ਉਹਨਾਂ ਦੇ ਪਿੱਠੂ ਪਾਇਆ ਹੁੰਦਾ ਪੀਜ਼ਾ ਡਿਲੀਵਰੀ ਕਰਦੇ ਆ ਦੋਸਤੋ ਮੀ ਹੋਵੇ ਨੇਰੀ ਹੋਵੇ ਉਹਨਾਂ ਨੇ ਸਮੇਂ ਸਿਰ ਪੀਜ਼ਾ ਆਰਡਰ ਪਹੁੰਚਾਉਣਾ ਹੁੰਦਾ ਔਰ ਜਿਵੇਂ ਐਮਾਜ਼ਾਨ ਦੇ ਆਰਡਰ ਆ ਉਹਨਾਂ ਨੇ ਵੀ ਮੀ ਆਰਡਰ ਹੋਵੇ ਕੁਝ ਹੋਵੇ ਉਹਨਾਂ ਨੇ ਆਪਦਾ ਆਰਡਰ ਪਹੁੰਚਾਉਣਾ ਹੁੰਦਾ ਦੋਸਤੋ ਉਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਟੀਮ ਨੂੰ ਜਿਹੜਾ ਸਮਾਂ ਦੇਤਾ ਜੇ ਤੁਸੀਂ 12 ਵਜੇ ਦਾ ਸਮਾਂ ਦੇਤਾ ਤੁਸੀਂ 12 ਵਜੇ ਨੂੰ 12 ਵਜੇ ਤੋਂ 10 ਮਿੰਟ ਪਹਿਲਾਂ ਉਹ ਪਰਸਨ ਦੇ ਬਾਅਰ ਵਿੱਚ ਹੋਣੇ ਚਾਹੀਦੇ ਹੋ ਅਗਰ ਤੁਸੀਂ ਨਹੀਂ ਉੱਥੇ ਪਹੁੰਚਦੇ ਨਾ ਦੋਸਤੋ ਤਾਂ ਗਾਂ ਵਾਲਾ ਪਰਸ਼ਨ ਵੀ ਨੈਗੇਟਿਵ ਹੋਊਗਾ ਔਰ ਤੁਹਾਡੇ ਅਸੂਲ ਹੈ ਜਿਹੜੇ ਫੌਜੀਆ ਵਾਲੇ ਹੋਣੇ ਚਾਹੀਦੇ ਆ ਫੇਰ ਹੀ ਤੁਸੀਂ ਸਿਸਟਮ ਦੇ ਵਿੱਚੋਂ ਕਾਮਯਾਬ ਹੋਣੇ ਚਾਹੀਦੇ ਹੋ ਕਿਉਂਕਿ ਸਿਸਟਮ ਇਹੀ ਕਹਿੰਦਾ ਵੀ ਸਮੇਂ ਦੇ ਪਾਬੰਦ ਬਨਜੋ ਵੀ ਸਮਾਂ ਬਹੁਤ ਕੀਮਤੀ ਆ ਆਪਣਾ ਸਮੇਂ ਦੇ ਪਾਬੰਦ ਬਣ ਜਾਓ ਜਿੱਥੇ ਵੀ ਤੁਸੀਂ ਟੀਮ ਨੂੰ ਟਾਈਮ ਦਿੰਨੇ ਹੋ ਕਦੇ ਵੀ ਉਹ ਟਾਈਮ ਨੂੰ ਉਹ ਨਾ ਕਰਿਆ ਕਰੋ ਵੀ ਯਾਰ ਨਹੀਂ ਮੈਨੂੰ ਕੰਮ ਪੈ ਗਿਆ ਦੋਸਤੋ ਹੋ ਸਕਦਾ ਕਈ ਵਾਰੀ ਮਜਬੂਰੀ ਪੈ ਜੇ ਵਕਰੀ ਗੱਲ ਹੈ ਪਰ ਕਦੇ ਵੀ ਬਹਾਨੇ ਨਾ ਬਣਾਓ ਕਿਉਂਕਿ ਜਿਵੇਂ ਡਾਕਟਰ ਕੁਲਵਿੰਦਰ ਜੀ ਕਹਿੰਦੇ ਆ ਵੀ ਜ਼ਿਆਦਾ ਬਹਾਨੇ ਤੇ ਜਾ ਪੈਸੇ ਦੋਸਤੋ ਪੈਸੇ ਤੁਹਾਨੂੰ ਮਿਲਣਗੇ ਤਾਂ ਬਹਾਨੇ ਬਣਾਉਣੇ ਛੱਡ ਦਿਓ ਕਦੇ ਵੀ ਕਿਸੇ ਦੇ ਸੀਮਤ ਨਾ ਰਹੋ ਆਪਦੇ ਕੰਮ ਨੂੰ ਤਰੰਤ ਨਿਵੇੜੋ ਇਹ ਨਾ ਸੋਚਿਆ ਕਰੋ ਵੀ ਮੈਨੂੰ ਸੀਨੀਅਰ ਆਊਗਾ ਕੋਈ ਮੈਨੂੰ ਚੱਕ ਕੇ ਗੋਦੀ ਲੈ ਕੇ ਜਾਊਗਾ ਦੋਸਤੋ ਤੁਸੀਂ ਖੁਦ ਸਾਰੇ ਲੀਡਰੋਂ ਇਸੇ ਕਰਕੇ ਆਪਾਂ ਤੁਹਾਨੂੰ ਸਿਖਾਉਂਦੇ ਆ ਇਹ ਸਾਰਾ ਅਪਰਾਲਾ ਇਸੇ ਕਰਕੇ ਚੱਲ ਰਿਹਾ ਵੀ ਸਾਰਿਆਂ ਨੂੰ ਆਪਾਂ ਲੀਡਰ ਬਣਾ ਦਈਏ ਆਪਣੀ ਸਰਦਾਰੀ ਘਟ ਜੇ ਦੋਸਤੋ ਆਪੋ ਆਪਣੀ ਜ਼ਿੰਮੇਵਾਰ ਬਣ ਜੋ ਜ਼ਿੰਮੇਵਾਰੀ ਚੱਕ ਕੇ ਫੀਲਡ ਦੇ ਵਿੱਚ ਨਿਕਲਣਾ ਸਟਾਰਟ ਕਰ ਦੋ ਕੋਈ ਔਖਾ ਨਹੀਂ ਇੰਨਾ ਈਜ਼ੀ ਪਲਾਨ ਹੈ ਨਾ ਬ੍ਰਾਈਟ ਰੇਂਜ ਦਾ ਮੈਂ ਕਹਿੰਦਾ ਵੀ ਕੋਈ ਔਖਾ ਨਹੀਂ ਤੁਸੀਂ ਜਦੋਂ 2-4 ਪਰਸਨਾਂ ਨੂੰ ਕਰੋਗੇ ਨਾ ਉਸ ਤੋਂ ਬਾਅਦ ਤੁਹਾਡੇ ਅੰਦਰ ਜਜ਼ਬਾ ਜਾਗ ਜਾਊਗਾ ਤੁਹਾਡਾ ਹੌਸਲਾ ਹੀ ਇੰਨਾ ਵੱਜ ਜਾਣਾ ਸਿਰਫ 2 ਪਰਸਨਾਂ ਨੂੰ ਦਿਨ ਚ ਪਲਾਨ ਕਰ ਦੋ ਬ੍ਰਾਈਟ ਰੇਂਜ ਦਾ ਤੀਜੇ ਪਰਸਨ ਨੂੰ ਤੁਹਾਡਾ ਖੁਦ ਜੀ ਕਰੂਗਾ ਤੁਸੀਂ ਗਾਂ ਵਾਲੇ ਨੂੰ ਕਹੋਗੇ ਯਾਰ ਹੋਰ ਕਸਟਮਰ ਮਿਲਾ ਮੈਨੂੰ ਸਿਰਫ ਪਹਿਲੇ ਜਾਂ ਦੂਜੇ ਪਲਾਨ ਤੇ ਜਿਵੇਂ ਕਹਿੰਦਾ ਹਾਂ ਉਹਦਾ ਗੱਡੀ ਜਦੋਂ ਸਟਾਰਟ ਹੁੰਦੀ ਆ ਉਦੋਂ 5-10 ਮਿੰਟ ਲੈਂਦੀ ਹੈ ਗਰਮ ਹੋਣ ਲੱਗੀ ਐ ਇਸ ਕਰਕੇ ਜਦੋਂ ਤੁਸੀਂ ਸੈਲਫ ਮਾਰਦੇ ਹੋ ਆਪਦੇ ਬਿਜ਼ਨਸ ਦੀ ਪਹਿਲਾ ਪਲਾਨ ਸ਼ੁਰੂਆਤ ਕਰਦੇ ਹੋ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਲੈ ਕੇ ਕਿਤੇ ਸ਼ੁਰੂ ਕਰਕੇ ਵੇਖਿਓ ਥੋਡੀ ਉੱਥੇ ਸਕਸੈਸ ਵੀ ਇੰਨੀ ਵਧੀਆ ਹੋਊ ਕਾਮਯਾਬੀ ਵੀ ਹੋਊਗੀ ਔਰ ਤੁਹਾਡਾ ਪਲਾਨ ਵੀ ਬਹੁਤ ਵਧੀਆ ਗਾਂਹ ਵਾਲਾ ਪਰਸਨ ਵੀ ਸੁਣੂਗਾ ਕਿਉਂਕਿ ਕਹਿੰਦੇ ਹੁੰਦੇ ਆ ਕਿ ਉਹਦੀ ਰਜਾ ਤੋਂ ਬਿਨਾ ਪੱਤਾ ਨਹੀਂ ਝੂਲਦਾ ਦੋਸਤੋ ਵਾਕਈ ਇਹ ਗੱਲ ਸੱਚ ਹੈ ਕਈ ਮੇਰੇ ਵੀਰ ਭੈਣ ਭਰਾ ਇਹੋ ਜਿਹੇ ਹੈਗੇ ਆ ਜਿਹੜੇ ਕਿ ਰੱਬ ਨੂੰ ਤਾਂ ਕਹਿੰਦੇ ਕਿ ਕੁਝ ਸਮਝਦੇ ਨਹੀਂ ਦੋਸਤੋ ਪਰਮਾਤਮਾ ਤੋਂ ਬਿਨਾ ਵਾਕਈ ਇਹ ਗੱਲ ਸੱਚ ਹੈ ਔਰ ਦੁਨੀਆ ਵੀ ਉਹ ਪਰਮਾਤਮਾ ਦੇ ਸਿਰ ਤੇ ਹੀ ਖੜੀ ਹੈ ਜਿਵੇਂ ਕਹਿੰਦੇ ਕਿ ਅੱਜ ਬਾਬੇ ਨਾਨਕ ਦਾ 13 ਰੁਪਏ 20 ਰੁਪਏ ਵਾਲਾ ਲੰਗਰ ਚੱਲੀ ਜਾਂਦਾ ਦੋਸਤੋ ਉਸੇ ਤਰ੍ਹਾਂ ਉਹ ਬਾਬੇ ਨਾਨਕ ਦੀ ਕਿਰਪਾ ਨਾਲ ਆਪਣਾ ਜਿਹੜਾ ਸਿਸਟਮ ਚੱਲੀ ਜਾਂਦਾ ਕਦੇ ਵੀ ਘਬਰਾਇਓ ਨਾ ਦਿਲ ਨਾ ਛੱਡਿਓ ਮਹਾਰਾਜ ਨੂੰ ਯਾਦ ਕਰਦੇ ਰਿਹਾ ਕਰੋ ਸੁਬਾ ਸ਼ਾਮ ਤੁਹਾਡੇ ਬ੍ਰਾਈਟਨੈਸ ਦੇ ਸਿਸਟਮ ਦੇ ਵਿੱਚ ਵੀ ਵਾਧਾ ਹੋਊਗਾ ਹੋਰ ਵੀ ਤੁਸੀਂ ਕੋਈ ਕੰਮ ਕਰਦੇ ਹੋ ਉਹ ਵੀ ਤੁਹਾਡਾ ਸਕਸੈਸ ਹੋਊਗਾ ਪਰ ਪ੍ਰਮਾਤਮਾ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਦੋਸਤੋ ਬਹੁਤ ਵਧੀਆ ਬਿਜ਼ਨਸ ਹੈ ਲੱਗੇ ਰਿਓ ਲੱਗੇ ਰਿਓ ਤੁਸੀਂ ਇੱਕ ਦਿਨ ਉਹ ਬੁਲੰਦੀਆਂ ਤੇ ਪਹੁੰਚੋਗੇ ਕਿ ਤੁਸੀਂ ਸੋਚਿਆ ਵੀ ਨਹੀਂ ਹੋਣਾ ਵੀ ਤੁਹਾਡੇ ਉਹ ਸੁਪਨੇ ਪੂਰੇ ਹੋਣਗੇ ਕਿਉਂਕਿ ਗਰੀਬੀ ਕਟਣੀ ਬਹੁਤ ਔਖੀ ਹੈ ਦੋਸਤੋ ਗਰੀਬੀ ਦੇ ਵਿੱਚ ਕਹਿੰਦੇ ਹੁੰਦੇ ਕਿ ਗਰੀਬ ਜੰਮਣਾ ਗਣਾ ਨਹੀਂ ਗਰੀਬ ਮਰਨਾ ਬਹੁਤ ਹੀ ਵੱਡਾ ਗਣਾ ਹੈ ਜਦੋਂ ਪ੍ਰਮਾਤਮਾ ਨੇ ਆਪਾਂ ਨੂੰ ਜਨਮ ਦੇਤਾ ਮਨੁੱਖ ਦਾ ਫਿਰ ਦੋਸਤੋ ਆਪਾਂ ਸਾਰਾ ਕੁਝ ਕਰ ਸਕਦੇ ਆ ਪ੍ਰਮਾਤਮਾ ਨੇ ਆਪਾਂ ਨੂੰ ਵਧੀਆ ਅੱਖਾਂ ਹੱਥ ਪੈਰ ਦਿੱਤੇ ਆ બસ ਇਹਨਾਂ ਨੂੰ ਮਲਟੀਪਲਾਈ ਕਰ ਦੋ ਮਲਟੀਪਲਾਈ ਕਿਵੇਂ ਕਰਨਾ ਇੱਕ ਨੈਟਵਰਕ ਸਿਸਟਮ ਆਪਾਂ ਨੂੰ ਬਹੁਤ ਵਧੀਆ ਮਿਲਿਆ ਬ੍ਰਾਈਟ ਰੇਂਜ ਦਾ ਸੱਚਾ ਸੁੱਚਾ ਬਿਜ਼ਨਸ ਆ ਦੋਸਤੋ ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਕੋਈ ਤੈ ਮੈਂ ਨਹੀਂ ਆਪਣਾ ਸੱਚ ਦਾ ਕੰਮ ਹੈ ਸੱਚ ਦਾ ਪਲਾਨ ਹੈ ਇੱਕ ਨੰਬਰ ਦੀ ਆਪਣੀ ਇਨਕਮ ਹੈ ਔਰ ਆਪਣੇ ਅਕਾਊਂਟ ਦੇ ਵਿੱਚ ਜਿਹੜਾ ਪੈਸਾ ਦੋਸਤੋ ਟੀ ਡੀ ਐਸ ਕੱਟ ਕੇ ਆਉਂਦਾ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਣੀ ਔਰ ਆਪਣੀ ਦਾ ਮੈਨੇਜਮੈਂਟ ਵੀ ਇੰਨੀ ਅੱਛੀ ਹੈ ਦੋਸਤੋ ਜਿਹੜਾ ਆਪਣਾ ਕੋਈ ਵੀ ਕੰਮ ਹੁੰਦਾ ਬਿਲਕੁਲ ਔਨ ਦੀ ਸਪੋਰਟ ਹੁੰਦਾ ਹੈ ਕੰਪਨੀ ਨੇ ਆਪ ਦਾ ਹੈਲਪਲਾਈਨ ਨੰਬਰ ਵੀ ਸ਼ੇਅਰ ਕਰਦੇ ਹੁੰਦੇ ਆ ਮੀਟਿੰਗ ਦੇ ਉੱਤੇ ਦੋਸਤੋ ਆਪਣਾ ਤਾਂ ਬਹੁਤ ਹੀ ਵਧੀਆ ਪਲਾਨ ਹੈ ਔਰ ਬਹੁਤ ਹੀ ਵਧੀਆ ਸਿਸਟਮ ਨੇ ਕਰੀ ਜਾਂਦੇ ਆ ਦਿਨੋਂ ਦਿਨ ਤਾਂ ਇਸ ਕਰਕੇ ਲੱਗੇ ਰਿਓ ਖੜੇ ਰਿਓ ਆਪਾਂ ਸਾਰੇ ਹੀ ਕਾਮਯਾਬ ਹੋਵਾਂਗੇ ਔਰ ਮੈਂ ਭੈਣਾਂ ਨੂੰ ਵੀ ਰਿਕੁਐਸਟ ਕਰਦਾ ਆ ਵੀ ਆਪ ਕੋ ਆਪਣਾ ਫੀਡ ਦੇ ਵਿੱਚ ਨਿਕਲਿਆ ਕਰੋ ਕਿਉਂਕਿ ਤੁਸੀਂ ਬ੍ਰਾਈਟ ਰੇਂਜ ਦੇ ਜਿਸ ਤਰ੍ਹਾਂ ਅੱਜ ਮੈਡਮ ਹਰਜਿੰਦਰ ਕੌਰ ਜੀ ਨੇ ਨਾਮ ਚਮਕਾਇਆ ਤੁਸੀਂ ਵੀ ਦੋਸਤੋ ਨਾਮ ਚਮਕਾ ਸਕਦੇ ਹੋ ਔਰ ਮੈਂ ਵੀਰਾਂ ਨੂੰ ਵੀ ਰਿਕੁਐਸਟ ਕਰੂੰਗਾ ਜਿਵੇਂ ਅੱਜ ਡਾਕਟਰ ਕੁਲਵਿੰਦਰ ਜੀ 28 ਲੱਖ ਤੋਂ ਪਲੱਸ ਇਨਕਮ ਕਮਾ ਚੁੱਕੇ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਦੋਸਤੋ 6000 ਤੋਂ ਪਲੱਸ ਬੰਦਾ ਆਪਦੇ ਨਾਲ ਜੋੜਿਆ ਤਾਂ ਦੋਸਤੋ ਆਪਾਂ ਵੀ ਡਾਕਟਰ ਕੁਲਵਿੰਦਰ ਜੀ ਆਲਾ ਸਾਰਾ ਕੁਝ ਕਰ ਸਕਦੇ ਆ ਸੇਮ ਔਰ ਡਾਕਟਰ ਸਾਹਿਬ ਕਦੇ ਵੀ ਆਪਾਂ ਨੂੰ ਪਿੱਛੇ ਨਹੀਂ ਛੱਡ ਦੇਗੇ ਪਰ ਆਪਾਂ ਨੂੰ ਵੀ ਫਰਜ਼ ਬੰਦਾ ਆਪਾਂ ਉਹਨਾਂ ਦੇ ਆਖੇ ਲੱਗਿਆ ਕਰੀਏ ਜਿਵੇਂ ਉਹ ਆਪਾਂ ਨੂੰ ਆਂਦੇ ਆ ਜਿਵੇਂ ਆਪਾਂ ਨੂੰ ਗਾਈਡ ਕਰਦੇ ਆਪਣੇ ਭਲੇ ਲਈ ਕਰਦੇ ਹੁੰਦੇ ਆ ਗਾਈਡ ਔਰ ਜਿੱਥੇ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਪਲੀਜ਼ ਆਪਣੀ ਅਪਲਾਈਨ ਨਾਲ ਬੈ ਕੇ ਸ਼ੇਅਰ ਕਰ ਸਕਦੇ ਹੋ ਦੋਸਤੋ ਔਰ ਮੈਂ ਰਹਿੰਦੇ 5 ਮਿੰਟ ਦੇ ਵਿੱਚ ਤੁਹਾਨੂੰ ਆਪਣਾ ਸ਼ਾਰਟ ਦੇ ਵਿੱਚ پلان ਦੱਸੂਗਾ ਤੁਸੀਂ ਜਦੋਂ ਵੀ ਕਿਸੇ ਪਰਸਨ ਕੋਲੇ ਜਾਣਾ ਦੋਸਤੋ ਉਹਨੂੰ ਇਹ ਕਹਿਣਾ ਵੀ ਆਪਣੀ ਕੰਪਨੀ ਦਾ ਨਾਮ ਦੋਸਤੋ BRW ਬ੍ਰਾਈਟ ਰੇਂਜ ਵੈਲਨੈਸ ਪ੍ਰਾਈਵੇਟ ਲਿਮਟਿਡ ਉਹਨੂੰ ਇਹ ਕਹਿਣਾ ਵੀ ਜੀ ਸਾਡਾ ਜਿਹੜਾ ਹੈੱਡ ਆਫਿਸਰ ਨਿਹਾਲ ਸਿੰਘ ਵਾਲੇ ਤੋਂ ਲੋਕਲ ਸਾਡੀ ਕੰਪਨੀ ਔਰ ਜਿਹੜਾ ਸਾਡਾ ਪੇ ਆਊਟ ਹੁੰਦਾ 10 ਤਰੀਕ ਨੂੰ 20 ਤਰੀਕ ਨੂੰ ਔਰ 30 ਤਰੀਕ ਨੂੰ ਸਾਨੂੰ ਕੰਪਨੀ ਮਹੀਨੇ 'ਚ ਤਿੰਨ ਵਾਰੀ ਪੈਸਾ ਦਿੰਦੀ ਹੈ ਜੇ ਅੱਜ ਕੋਈ ਸਰਕਾਰੀ ਜੋਬ ਕਰਦਾ ਹੈ ਪ੍ਰਾਈਵੇਟ ਜੋਬ ਕਰਦਾ ਹੈ ਉੱਥੇ ਮਹੀਨੇ 'ਚ ਇੱਕ ਵਾਰੀ ਪੈਸਾ ਆਉਂਦਾ ਸਾਡਾ ਸਿਸਟਮ ਕਿੰਦਾ ਵੀ ਜੇ ਤੇਰਾ 5000 ਬਣਿਆ ਤੇਰਾ 10000 ਬਣਿਆ ਤੇਰਾ 50000 ਬਣਿਆ ਦਸਾਂ ਦਿਨਾਂ ਬਾਅਦ ਤੇਰੇ ਅਕਾਊਂਟ ਦੇ ਵਿੱਚ ਪੈਸਾ ਆ ਜਾਣਾ ਘੁੰਮ ਕੇ ਤਾਂ ਇਸ ਕਰਕੇ ਸਾਡੀ ਕੰਪਨੀ ਪਸੀਨਾ ਸੁੱਕਣ ਤੋਂ ਪਹਿਲਾਂ ਪੈਸਾ ਦੇ ਦਿੰਦੀ ਹੈ ਔਰ ਇੱਕ ਚੀਜ਼ ਉਹਨਾਂ ਨੂੰ ਇਹ ਦੱਸ ਦੇਣੀ ਆ ਵੀ ਦੋਸਤੋ ਜਿਹੜੇ ਸਾਡੇ ਪ੍ਰੋਡਕਟ BR 26 ਦਾ ਪ੍ਰਾਈਸ ਆ ਬ੍ਰਾਈਟ ਰੇਂਜ ਦਾ ਉਹਦਾ ਹੈਗਾ MRP 1600 ਰੁਪਿਆ ਔਰ ਇਹ ਹੈਗਾ ਜੇ ਆਪਾਂ ਇਹਦੇ ਯੂਜ਼ਰ ਬਣਨਾ ਅਗਰ ਦੋਸਤੋ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਸਾਡੀ ਕੰਪਨੀ ਇੱਕ 5 ਕਿੱਟਾਂ ਦੇ ਨਾਲ ਇੱਕ ਕਿੱਟ ਫ੍ਰੀ ਦਿੰਦੀ ਹੈ 6 ਵਾਲਾ ਪੈਕ ਹੈ ਲੀਡਰ ਪੈਕ ਸੌਰੀ 6 ਕਿੱਟਾਂ ਵਾਲਾ ਪੈਕ ਜਿਹਦੀ MRP ਹੈਗੀ ਹੈ 8000 ਰੁਪਿਆ ਔਰ ਜਿਹੜਾ ਆਪਾਂ ਨੂੰ ਕੰਪਨੀ ਡੀਪੀ ਰੇਟ ਤੇ ਪ੍ਰੋਵਾਈਡ ਕਰਾਉਂਦੀ ਹੈ ਜਦੋਂ ਆਪਾਂ ਇਹਦੇ ਡਿਸਟ੍ਰੀਬਿਊਟਰ ਬਣ ਜਾਂਦੇ ਆਪਾਂ ਨੂੰ 6500 ਰੁਪਏ ਦਾ ਪੈ ਜਾਂਦਾ ਔਰ ਜੇ ਆਪਾਂ ਗੱਲ ਕਰੀਏ ਇਹਦੇ ਵਿੱਚੋਂ ਆਪਾਂ ਨੂੰ 5% ਕੈਸ਼ਬੈਕ ਆ ਜਾਂਦਾ 250 ਰੁਪਿਆ ਔਨ ਦੀ سپورਟ ਤੁਹਾਡੇ ਖਾਤੇ 'ਚ ਨਾਲ ਦੀ ਨਾਲ ਆ ਜਾਣਾ ਔਰ 1600 ਰੁਪਏ ਦਾ ਤੁਹਾਨੂੰ ਕੰਪਨੀ ਨੇ ਨਾਲ ਇੱਕ ਪੰਜਾ ਕਿੱਟਾਂ ਨਾਲ ਫ੍ਰੀ ਦੇ ਦੇਣੀ ਹੈ ਕਿੱਟ ਔਰ 1850 ਦਾ ਤੁਹਾਨੂੰ ਉਹ ਪ੍ਰੋਫਿਟ ਹੋ ਗਿਆ ਦੋਸਤੋ ਔਰ 4600 'ਚ ਤੁਹਾਡੀਆਂ ਕਿੱਟਾਂ ਰਹਿ ਗਈਆਂ ਤੁਹਾਨੂੰ ਇਹ ਮੰਨ ਕੇ ਚੱਲੋ ਵੀ 930 ਰੁਪਏ ਦੀ ਇੱਕ ਕਿੱਟ ਪੈ ਜਾਂਦੀ ਹੈ ਯਾਨੀ 3300 ਰੁਪਿਆ ਆਪਾਂ ਇਹ ਪੈਕ ਦੇ ਵਿੱਚੋਂ ਕਮਾ ਸਕਦੇ ਹਾਂ ਦੋਸਤੋ 6500 ਦਾ ਲੈ ਕੇ ਉਹਨੂੰ ਆਪਾਂ ਅੱਗੇ 9600 ਦਾ ਸੇਲ ਕਰ ਸਕਦੇ ਆ 3100 ਰੁਪਿਆ ਸਿੱਧਾ ਆਪਾਂ ਨੂੰ ਰਿਟੇਲ ਬਚ ਜਾਣਾ ਔਰ 250 ਰੁਪਿਆ ਆਪਣੀ ਆਈਡੀ ਜਾਏ ਨਾ 3300 ਰੁਪਿਆ ਸਿਰ ਪੰਜ ਕਿੱਟਾਂ ਨਾਲ ਜੇ ਇੱਕ ਪਰਸਨ ਦੋਸਤੋ ਅ 10 ਕਿੱਟਾਂ ਵੀ ਮਹੀਨੇ 'ਚ ਕੱਢ ਦਿੰਦਾ ਨਾ ਉਹਨੂੰ 6700 ਰੁਪਿਆ ਰਿਟੇਲ ਦਾ ਥੋੜਾ ਨਹੀਂ ਹੁੰਦਾ ਦੋਸਤੋ 6700 ਮੈਂ ਅੱਗੇ ਵੀ ਉਸ ਦਿਨ ਦੱਸਿਆ ਸੀ ਮੀਟਿੰਗ 'ਚ ਜੇ ਗੱਲ ਕਰੀਏ ਨਾ ਤਿੰਨ ਤਿੰਨ ਹਜ਼ਾਰ ਪੈਂਤੀ ਪੈਂਤੀ ਸੋ ਰੁਪਏ ਦੇ ਇੱਥੇ ਕੁੜੀਆਂ ਦੁਕਾਨਾਂ ਤੇ ਅੱਠ ਅੱਠ ਘੰਟੇ ਜੋਬ ਕਰਦੀਆਂ ਉੱਥੇ ਪੋਚੇ ਵੀ ਲਾਉਣੇ ਪੈਂਦੇ ਆ ਮਾਲਕ ਨੂੰ ਪਾਣੀ ਵੀ ਗਲਾਸ ਧੋ ਧੋ ਪਿਉਣਾ ਪੈਂਦਾ ਬਹੁਤ ਕੁਝ ਦੋਸਤੋ ਕਰਨਾ ਪੈਂਦਾ ਔਰ ਗਰੀਬੀ ਕਰਾਉਂਦੀ ਵੀ ਬਹੁਤ ਕੁਝ ਹੈ ਕਹਿੰਦੇ ਹੁੰਦੇ ਕਿ ਨੌਕਰੀ ਕੀ ਤੇ ਨਖਰਾ ਕੀ ਆਪਾਂ ਨੌਕਰੀ ਨਹੀਂ ਕਰਨੀ ਆਪਾਂ ਇੱਕ ਬਿਜ਼ਨਸਮੈਨ ਬਣਨਾ ਦੋਸਤੋ ਸੋਚ ਬਣਾਓ ਆਪਦੀ ਬਿਜ਼ਨਸਮੈਨਾਂ ਵਾਲੀ ਕਦੇ ਵੀ ਆਪਾਂ ਕਿਸੇ ਦੇ ਥੱਲੇ ਲੱਗ ਕੇ ਵਰਕ ਨਹੀਂ ਕਰਨਾ ਆਪਾਂ ਨੌਕਰੀ ਨਹੀਂ ਕਰਨੀ ਨੌਕਰੀ ਦਾ ਮਤਲਬ ਹੀ ਹੈ ਵੀ ਨੌਕਰੀ ਵੀ ਨਹੀਂ ਕਰਨੀ ਆਪਾਂ નોકરી ਵੀ ਨੌਕਰੀ ਦਾ ਮਤਲਬ ਹੈ ਨੌ ਨਹੀਂ ਕਰਨੀ ਆਪਾਂ ਨੌਕਰੀ ਆਪਾਂ ਬਿਜ਼ਨਸ ਕਰਨਾ ਬਿਜ਼ਨਸ ਕਰਨ ਵਾਸਤੇ ਆਪਾਂ ਨੂੰ ਬਹੁਤ ਵਧੀਆ ਬਿਜ਼ਨਸ ਮਿਲ ਚੁੱਕਿਆ ਜਿੱਥੇ ਕੋਈ ਆਪਣੀ ਇਨਵੈਸਟਮੈਂਟ ਨਹੀਂ ਔਰ ਜੇ ਆਪਾਂ ਕਮਾਈ ਦੀ ਗੱਲ ਕਰੀਏ ਦੋਸਤੋ 7 ਕਰੋੜ ਨਹੀਂ ਜਿਵੇਂ ਨਿਰਮਲ ਸਰ ਜੀ ਕਹਿੰਦੇ ਆ 70 ਕਰੋੜ ਵੀ ਹੋਣ ਵਾਲਾ ਬਹੁਤ ਜਲਦੀ ਇਹ ਬਹੁਤ ਜਲਦੀ 11 ਲੈਵਲ ਨਹੀਂ ਹੈ 12ਵਾਂ ਲੈਵਲ ਵੀ ਲਾਂਚ ਹੋਣ ਵਾਲਾ ਐਮ ਡੀ ਸਾਹਿਬ ਬਹੁਤ ਕੁਸ਼ ਕਰੀ ਜਾਂਦੇ ਆ ਆਪਣੇ ਵਾਸਤੇ ਬਸ ਖੜੇ ਰਿਓ ਸਿਸਟਮ ਦੇ ਨਾਲ ਔਰ ਉਸ ਤੋਂ ਬਾਅਦ ਉਸ ਤੋਂ ਤੁਹਾਡੀ ਜਿਹੜੀ ਆਈਡੀ ਹੈ ਇਹ 12% ਤੇ ਹੋ ਜਾਂਦੀ ਔਰ ਕੈਪਿੰਗ ਜਿਹੜੀ ਆਪਣੀ 11 ਲੱਖ ਰੁਪਏ ਦੀ ਹੋ ਜਾਂਦੀ ਹੈ ਔਰ ਜਿਹੜਾ ਨੈਕਸਟ ਆਪਣਾ ਹੈਗਾ ਲੀਡਰ ਪੈਕ ਵਾਲਾ 10 ਕਿਟਾਂ ਵਾਲਾ ਸੇਮ ਉਹੀ ਪ੍ਰੋਸੈਸ ਉੱਤੇ ਆ ਉੱਥੇ ਆਪਾਂ ਨੂੰ ਕੰਪਨੀ 13000 ਰੁਪਏ ਦਾ ਡੀਪੀ ਰੇਟ ਤੇ ਦੇਣਦੀ ਹੈ ਜਿਹਦੀ ਐਮ ਆਰ ਪੀ 15990 ਰੁਪਏ ਹੈ ਪਰ ਇਹ ਵੀ ਆਪਾਂ ਨੂੰ ਡੀਪੀ ਰੇਟ ਤੇ ਹੀ ਕੰਪਨੀ ਪ੍ਰੋਵਾਈਡ ਕਰਾਉਂਦੀ ਹੈ ਔਰ 10 ਕਿਟਾਂ ਨਾਲ 2 ਕਿਟਾਂ ਦੋਸਤੋ ਤੁਹਾਨੂੰ ਫ੍ਰੀ ਮਿਲ ਜਾਂਦੀਆਂ ਜਿਹਦੀ ਐਮ ਆਰ ਪੀ 3200 ਰੁਪਏ ਔਰ 500 ਰੁਪਏ ਤੁਹਾਡੀ ਆਈਡੀ ਤੇ ਕੈਸ਼ਬੈਕ ਤਰੰਤ ਆਏ ਅੰਦਰ 3700 ਹੋ ਗਿਆ ਟੋਟਲ ਪ੍ਰੋਫਿਟ ਤਾਂ 9300 ਚ ਸੇਮ 10 ਕਿਟਾਂ ਰਹਿ ਗਈਆਂ ਇਸੇ ਤਰ੍ਹਾਂ ਇਹਦਾ ਵੀ ਆਪਾਂ 16000 ਰੁਪਏ ਅੱਗੇ ਸੇਲ ਕਰਕੇ ਇਹਦੇ ਚੋਂ ਵੀ ਆਪਾਂ ਜਿਹੜੀ 6700 ਰੁਪਏ ਟੋਟਲ ਕਮਾ ਸਕਦੇ ਆ ਦੋਸਤੋ ਔਰ ਇਹਦੇ ਵਿੱਚ ਜਿਹੜੀ ਆਪਣੀ ਆਈਡੀ ਟਾਪ ਤੇ ਚਲੀ ਜਾਣੀ ਹੈ 14% ਤੇ ਜੇ ਕੈਪਿੰਗ ਦੀ ਗੱਲ ਕਰੀਏ 35 ਲੱਖ ਰੁਪਏ ਆਪਾਂ ਇਥੋਂ ਵੀਕਲੀ ਕਮਾ ਸਕਦੇ ਆ 10 ਦਿਨਾਂ ਦਾ ਤਾਂ ਬਹੁਤ ਵਧੀਆ ਸਿਸਟਮ ਆ ਅੱਗੇ ਤੁਸੀਂ ਟੀਮ ਵਰਕ ਵੀ ਕਰ ਸਕਦੇ ਹੋ ਔਰ ਤੁਹਾਨੂੰ 10% ਜਿਹੜਾ ਉਹ ਡਾਇਰੈਕਟ ਸਪான்ਸਰ ਦਾ ਆ ਜਾਣਾ ਜਿਵੇਂ ਆਪਾਂ ਪੂਰੀ ਜ਼ਿੰਦਗੀ 'ਚ ਕਹਿੰਦੇ ਹੁੰਦੇ ਆ ਕਿ A ਔਰ B ਦੋ ਪਰਸਨ ਹੀ ਲਗਾ ਸਕਦੇ ਆ ਦੋਸਤੋ ਅਗਰ ਤੁਹਾਡੇ ਕੋਲ ਤੀਜਾ ਪਰਸਨ ਆ ਗਿਆ ਉਹਨੂੰ ਜਿੱਥੇ ਮਰਜੀ ਲੈਫਟ ਔਰ ਰਾਈਟ ਲਾ ਦਿਓ ਪਰ ਜਦੋਂ ਤੁਹਾਡੀ ਆਈਡੀ ਤੋਂ ਸਪੈਲ ਵੱਜਿਆ ਤਾਂ 10% ਤੁਹਾਨੂੰ ਹੀ ਆਉਣਾ ਉੱਪਰ ਬੈਠਿਆਂ ਨੂੰ ਡਾਇਰੈਕਟ ਸਪான்ਸਰ ਦਾ ਮੈਚਿੰਗ ਤੋਂ ਵੱਖਰਾ ਆਉਣਾ ਤਾਂ ਜਣੀ ਚਾਰ ਪ੍ਰਕਾਰ ਦੀਆਂ ਗ਼ਕਮਾਈ ਮੈਂ ਤੁਹਾਨੂੰ ਦੱਸੀਆਂ ਜੇ ਗੱਲ ਕਰੀਏ ਗ਼ਕਮਾ ਦਾ 10 ਪ੍ਰਕਾਰ ਦੀਆਂ ਹੈਗੀਆਂ ਵੱਧ ਇਸ ਕਰਕੇ ਦੋਸਤੋ ਲੱਗੇ ਰਹੋ ਸਿਸਟਮ ਦੇ ਨਾਲ ਖੜੇ ਰਹੋ ਬਹੁਤ ਕੁਝ ਹੈ ਔਰ ਕੰਪਨੀ ਇੰਜੋਏ ਇਨਾ ਕਰਾਉਂਦੀ ਹੈ ਫ੍ਰੀ ਦੇ ਵਿੱਚ ਟੂਰ ਪੈਕੇਜ ਔਰ ਕਿੰਨਾ ਮਜ਼ਾ ਹੁੰਦਾ ਜਦੋਂ ਆਪਾਂ ਟੂਰ ਤੇ ਜਾਂਦੇ ਹਾਂ ਪਿਛਲੇ ਸਾਲ ਅਸੀਂ ਦੀਵਾਲੀ ਦੇ ਦਿਨਾਂ 'ਚ ਆਪਾਂ ਮੇਰੇ ਕੋਲ ਕਾਫੀ ਲੀਡਰ ਗਏ ਸੀ ਅੰਮ੍ਰਿਤਸਰ ਸਾਡੇ ਪਿੰਡ ਉੱਥੇ ਬੜਾ ਇੰਜੋਏ ਕੀਤਾ ਬੜਾ ਉੱਥੇ ਮਤਲਬ ਕਿ ਪੰਗੜਾ ਵੀ ਕੀਤਾ ਜਾਗੋ ਵੀ ਨਿਕਲੀ ਇਸ ਤਰ੍ਹਾਂ ਬਹੁਤ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਕਿਉਂਕਿ ਜ਼ਿੰਦਗੀ ਹੈ ਨਾ ਆਪਣੀ ਇਹ ਸਾਰੀ ਟੈਨਸ਼ਨਾਂ ਭਰੀ ਹੈ ਇਨੂੰ ਇੰਜੋਏਮੈਂਟ ਜ਼ਰੂਰੀ ਹੈ ਦੋਸਤੋ ਇਹ ਜਿਹੜਾ ਆਪਣਾ ਮਾਈਂਡ ਹੈ ਇਹਦਾ ਫਰੈਸ਼ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਆਪਾਂ ਨੂੰ ਆਪਾਂ ਹੋਰ ਕੰਮਾਂ ਦੇ ਵਿੱਚ ਆਪਾਂ ਇੰਜੋਏ ਨਹੀਂ ਕਰ ਸਕਦੇ ਇੱਕ ਬ੍ਰਾਈਟ ਰੇਂਜ ਹੀ ਹੈ ਇਸ ਕਰਕੇ ਐਂਡ ਦੇ ਇੱਕ ਸ਼ੇਅਰ ਨਾਲ ਸਮਾਪਤੀ ਕਰੂੰਗਾ ਜਬ ਤੱਕ ਕਹਿੰਦੇ ਸੂਰਜ ਚੰਦ ਰਹੇਗਾ ਔਰ ਬ੍ਰਾਈਟ ਰੇਂਜ ਤੇਰਾ ਨਾਮ ਰਹੇਗਾ ਔਰ ਆਪਣੀ ਟ੍ਰੇਨਿੰਗ ਮੀਟਿੰਗਾਂ ਮੌਕਸਰ ਸਾਹਿਬ ਦੇ ਵਿੱਚ 1 ਦਸੰਬਰ ਦੀ ਦੋਸਤੋ ਸਾਢੇ 3